ਤੁਸੀਂ ਮੈਨੂੰ ਛੱਡ ਕੇ ਕਿਉਂ ਤੁਰ ਗਏ? ਤੁਹਾਨੂੰ ਪਤਾ ਮੈਂ ਤੁਹਾਡੇ ਬਿਨਾਂ ਜਮਾਂ ਨਹੀਂ ਰਹਿ ਸਕਦੀ। ਤੁਹਾਨੂੰ ਕੀ ਦੋਸ਼ ਦੇਵਾਂ ਮੈਂ? ਕਿਸਮਤ ਤਾਂ ਮੇਰੀ ਮਾੜੀ ਆ ਜਿਹੜਾ ਮੈਂ ਆਹ ਕੁਛ ਦੇਖਣਾ ਸੀ। ਦੀਦੀ। ਹਾਂ ਸੀਰਤ, ਦੀਦੀ। ਹਾਂ ਕੀ ਗੱਲ, ਤੁਸੀਂ ਰੋ ਰਹੇ ਸੀ? ਨਾ ਮੈਂ ਕਰੂੰਗੀ। ਦੀਦੀ ਝੂਠ ਨਾ ਬੋਲੋ, ਆ ਤੁਹਾਡਾ ਮੂੰਹ ਨਾ ਸਾਫ ਸਾਫ ਦੱਸ ਰਿਹਾ ਵੀ ਤੁਸੀਂ ਰੋ ਕੇ ਹਟੇ ਹੋ। ਕੀ ਹੋਇਆ? ਨਹੀਂ ਮੈਨੂੰ ਕੁਛ ਨਹੀਂ ਹੋਇਆ। ਉਰਾ ਫੜਾ ਸੀਰਤ ਫੋਟੋ, ਤੈਨੂੰ ਮੈਂ ਕਿੰਨੀ ਵਾਰ ਕਿਹਾ ਤੂੰ ਨਾ ਚੱਕਿਆ ਕਰ ਇਹਨੂੰ। ਦੀਦੀ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਵੀ ਇਹ ਫੋਟੋ ਤੁਸੀਂ ਨਾ ਦੇਖਿਆ ਕਰੋ, ਪਰ ਤੁਸੀਂ ਓਕੇ ਹਟਦੇ ਨਹੀਂ ਹੈਗੇ। ਇਹਨੂੰ ਦੇਖ ਕੇ ਨਾ 24 ਘੰਟੇ ਰੋਂਦੇ ਰਹਿੰਦੇ ਹੋ। ਅੱਜ ਨਾ ਇਹ ਫੋਟੋ ਤਾਂ ਜੱਬ ਹੀ ਮੁਕਾ ਦਿੰਦੀ ਹਾਂ। ਸਮੂਹ ਦੇ ਵਿਆਹ ਦੀਆਂ ਯਾਦਾਂ ਨੇ, ਜਿੰਨਾ ਚਿਰ ਇਹ ਨਾਲ ਰਹਿਣਗੀਆਂ ਨਾ ਮੇਰਾ ਇਹੀ ਹਾਲ ਰਹੂਗਾ। ਆ ਲਓ ਦੀਦੀ, ਮੈਂ ਜੱਬ ਹੀ ਮੁਕਾਤਾ ਇਹਦਾ, ਨਾ ਹੁਣ ਫੋਟੋ ਰਹੂਗੀ ਅਤੇ ਨਾ ਤੁਹਾਡੇ ਕੋਲ ਯਾਦਾਂ ਰਹਿਣਗੀਆਂ। ਸੀਰਤ ਕਿਉਂ ਤੂੰ ਮੇਰੇ ਨਾਲ ਐਂ ਕਰਦੀ ਹੈਗੀ? ਤੈਨੂੰ ਮੈਂ ਕਿੰਨੀ ਵਾਰ ਕਿਹਾ ਨਾ ਵੀ ਤੂੰ ਆਪਦੇ ਜੀਜੇ ਦੀਆਂ ਚੀਜ਼ਾਂ ਨੂੰ ਹੱਥ ਨਾ ਲਾਇਆ ਕਰ, ਮੈਨੂੰ ਚੰਗਾ ਨਹੀਂ ਲੱਗਦਾ ਜੇ ਕੋਈ ਉਹਦੀ ਚੀਜ਼ ਨੂੰ ਛੇੜਦਾ। ਭੈਣੇ ਜਦੋਂ ਜੀਜਾ ਹੀ ਨਹੀਂ ਰਿਹਾ ਫਿਰ ਉਹਦੀਆਂ ਯਾਦਾਂ ਚੁਕਾਉਣ ਦਾ ਕੀ ਫਾਇਦਾ? ਮੈਂ ਤਾਂ ਇਹ ਚਾਹੁੰਦੀ ਹਾਂ ਭੈਣੇ ਵੀ ਤੂੰ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਲਾ। ਕੀ ਮਤਲਬ ਤੇਰਾ? ਮੇਰਾ ਮਤਲਬ ਇਹ ਆ ਭੈਣੇ ਕਿ ਤੂੰ ਦੂਜਾ ਵਿਆਹ ਕਰਵਾ ਲੈ, ਕਿੰਨਾ ਕੁ ਟਾਈਮ ਉਹਦੀਆਂ ਯਾਦਾਂ 'ਚ ਖੋਈ ਜਾਵੇਂਗੀ? ਜੇ ਉਹਦੀਆਂ ਯਾਦਾਂ 'ਚ ਗੁੰਮੀ ਰਹੀ ਨਾ ਭੈਣੇ ਤਾਂ ਆਪਦੀ ਆਉਣ ਵਾਲੀ ਜ਼ਿੰਦਗੀ ਖਰਾਬ ਕਰ ਲੇਂਗੀ। ਅਤੇ ਮੈਂ ਇਹ ਬਿਲਕੁਲ ਨਹੀਂ ਚਾਹੁੰਦੀ ਵੀ ਮੇਰੀ ਭੈਣ ਐਵੇਂ ਘੁੱਟ ਘੁੱਟ ਕੇ ਜੀਵੇ। ਸੀਰਤ ਆਹ ਗੱਲ ਅੱਜ ਤਾਂ ਮੈਨੂੰ ਕਹਿਤੀ, ਮੁੜ ਕੇ ਨਾ ਕਹੀਂ। ਮੇਰੀ ਜ਼ਿੰਦਗੀ 'ਚ ਸਿਰਫ ਤੇਰਾ ਜੀਜਾ ਆਇਆ ਸੀ, ਉਸ ਤੋਂ ਬਿਨਾਂ ਕੋਈ ਨਹੀਂ ਆ ਸਕਦਾ। ਦੇਖ ਭੈਣੇ ਇਹ ਤਾਂ ਮੈਨੂੰ ਵੀ ਪਤਾ ਵੀ ਤੂੰ ਜੀਜੇ ਨੂੰ ਬਹੁਤ ਪਿਆਰ ਕਰਦੀ ਸੀ, ਫਿਰ ਤੂੰ ਆਹ ਗੱਲ ਵੀ ਤਾਂ ਸੋਚ ਭੈਣੇ, ਕਿਸੇ ਦੇ ਜਾਣ ਨਾਲ ਜ਼ਿੰਦਗੀ ਥੋੜ੍ਹੀ ਰੁਕਦੀ ਆ। ਨਾਲੇ ਜੇ ਡੈਡੀ ਨੂੰ ਇਹ ਗੱਲ ਪਤਾ ਲੱਗ ਗਈ ਨਾ ਫਿਰ ਤੈਨੂੰ ਪਤਾ ਹੀ ਹੈ ਡੈਡੀ ਦੇ ਸੁਭਾਅ ਦਾ। ਕੋਈ ਨਾ ਡੈਡੀ ਨੂੰ ਮੈਂ ਆਪੇ ਸੰਭਾਲ ਲੂੰ, ਤੂੰ ਬਾਲੀਆਂ ਨਾ ਆਹ ਗੱਲਾਂ 'ਚ ਧਿਆਨ ਨਾ ਦਿਆ ਕਰ, ਆਪਦੀ ਪੜ੍ਹਾਈ ਤੱਕ ਧਿਆਨ ਦੇ। ਚੱਲ ਠੀਕ ਆ ਦੀਦੀ, ਮੈਂ ਕਾਲਜ ਜਾਂਦੀ ਹਾਂ ਹੁਣ, ਨਾਲੇ ਨਾ ਰੋਂਦਾ ਜਿਹਾ ਮੂੰਹ ਲੈ ਕੇ ਨਾ ਬਾਹਰ ਆ ਜਾਓ ਡੈਡੀ ਸਾਹਮਣੇ। ਕਮਲੀ ਤੇ ਤਾਂ ਮਿੰਟ 'ਚ ਕਹਿਤਾ ਵੀ ਦੂਜਾ ਵਿਆਹ ਕਰਾ ਲਾ, ਤੇਰੇ ਜੀਜੇ ਨੂੰ ਕੀ ਜਵਾਬ ਦਊਂਗੀ ਮੈਂ? ਮੈਂ ਦੱਸਦਾ ਗੱਲ, ਇੱਕ ਮਿੰਟ ਹੋਏ। ਹਾਏ ਯਾਰ ਮਾਹੀ, ਕਿਵੇਂ ਗੱਲ ਕਰਾਇਆ ਇਹਦੇ ਨਾਲ? ਪਿਆਰ ਤੈਨੂੰ ਬਾਹਲਾ ਕਰਦਾ ਮੈਂ, ਪਰ ਸਾਲਾ ਕਦੇ ਮੌਕਾ ਨਹੀਂ ਮਿਲਦਾ ਗੱਲ ਕਿਵੇਂ ਕਰਾਂ। ਇਹਦਾ ਭਾਈ ਆ 24 ਘੰਟੇ ਨਾਲ ਹੀ ਰਹਿੰਦਾ, ਜਿੱਧਰ ਵੀ ਆਊ ਜਾਊ ਨਾਲ ਹੀ ਹੁੰਦਾ। ਜੇ ਕਦੇ ਇਕੱਲੀ ਆਵੇ ਨਾ ਰੋਕ ਕੇ ਗੱਲ ਕਰ ਲਵਾਂ। ਤੂੰ ਗੱਲ ਕਰਕੇ ਤਾਂ ਦੇਖ। ਪਰ ਯਾਰ ਮਾਹੀ ਓਏ, ਇੱਕ ਸਕੀਮ ਹੈ ਯਾਰ, ਐਂ ਕਰ ਤੇਰੇ ਵਾਲੀ ਸਹੇਲੀ ਨੂੰ ਕਹਿ ਦੇ ਯਾਰ, ਉਹਦੇ ਨਾਲ ਗੱਲ ਕਰ ਲੂਗੀ। ਮੇਰੇ ਵਾਲੀ ਨੇ ਨਹੀਂ ਮੰਨਣਾ ਯਾਰ, ਤੈਨੂੰ ਆਪੇ ਗੱਲ ਕਰਨੀ ਪੈਣੀ। ਬਾਈ ਬਣ ਕੇ ਰਿਕੁਐਸਟ ਹੈ, ਹਾੜੇ ਹਾੜੇ। ਚੱਲ ਮੈਂ ਦੇਖ ਦਾਂਗਾ। ਹੈ ਭਰਜਾਈ ਕਰ ਸਕਦੇ ਇਹ ਕੰਮ? ਸਿਮਰਨ। ਹਾਂਜੀ ਡੈਡੀ ਜੀ। ਪੁੱਤ ਕੀ ਹੋਇਆ, ਐਵੇਂ ਮੂੰਹ ਚੱਕ ਰਹੇ? ਨਹੀਂ ਡੈਡੀ ਜੀ ਕੁਛ ਨਹੀਂ ਹੋਇਆ। ਸਿਮਰਨ ਪੁੱਤ ਆਪਦੇ ਪਿਓ ਤੋਂ ਲੁਕਾਏਂਗੀ ਤੂੰ? ਪੁੱਤ ਕੁੱਤਾ ਕਹਿੰਦਾ ਦੁੱਖ ਚਲੀ ਜਾਏਂਗੀ ਤੂੰ? ਇੱਕ ਨਾ ਇੱਕ ਦਿਨ ਨਾ ਭੁੱਲਣਾ ਹੀ ਪੈਣਾ ਆ। ਨਾਲੇ ਪੁੱਤ ਮੈਂ ਤੇਰੇ ਰਿਸ਼ਤੇ ਦੀ ਗੱਲ ਕਰੀ ਆ, ਜੇ ਤੂੰ ਹਾਂ ਕਰ ਦੇਣਾ ਤੇਰਾ ਦੂਜਾ ਵਿਆਹ ਕਰ ਦੇਵਾਂ ਮੈਂ। ਨਹੀਂ ਡੈਡੀ ਜੀ
ਮੈਂ ਨਹੀਂ ਵਿਆਹ ਕਰਾਉਣਾ। ਜਿਹੜਾ ਕੋਈ ਆਉਂਦਾ ਮੈਨੂੰ ਕਹਿਣ ਲੱਗ ਜਾਂਦਾ ਦੂਜਾ ਵਿਆਹ ਕਰਾ ਲਾ, ਦੂਜਾ ਵਿਆਹ ਕਰਾ ਲਾ। ਮੈਂ ਕਰਾਉਣਾ ਹੀ ਨਹੀਂ। ਡੈਡੀ ਜੀ ਰੋਟੀ ਲਿਆ ਕੇ ਦੇਵਾਂ ਤੁਹਾਨੂੰ? ਪੁੱਤ ਨਾ, ਮੈਂ ਨਹੀਂ ਰੋਟੀ ਖਾਣੀ। ਕਦੋਂ ਤੱਕ ਤੇਰਾ ਦੁੱਖ ਝੱਲੀ ਜਾਊਂਗਾ ਮੈਂ ਵੀ ਦੇਖੀ ਜਾਊਂਗਾ ਤੈਨੂੰ। ਡੈਡੀ ਜੀ ਮੈਂ ਨਹੀਂ ਦੁਖੀ ਹੈਗੀ, ਤੁਸੀਂ ਕਿਉਂ ਟੈਨਸ਼ਨ ਲਈ ਹੈ ਮੇਰੀ? ਮੈਂ ਜਮਾਂ ਠੀਕ ਹਾਂਗੀ। ਝੂਠ ਬੋਲਦੀ ਰਹਿੰਦੀ, ਮੈਂ ਜਮਾਂ ਠੀਕ ਹਾਂ, ਤੇਰਾ ਮੂੰਹ ਦੱਸਦਾ ਮੈਨੂੰ ਪੁੱਤ। ਕੋਈ ਨਾ ਡੈਡੀ ਜੀ, ਥੋੜ੍ਹੇ ਦਿਨਾਂ ਦੀ ਗੱਲ ਆ, ਸਾਰਾ ਕੁਛ ਸੈੱਟ ਹੋ ਜੂਗਾ। ਤੁਸੀਂ ਕਿਉਂ ਟੈਨਸ਼ਨ ਲਈ ਹੈਗੀ? ਮੈਂ ਚਾਹ ਬਣਾਉਣੀ ਆ ਤੁਹਾਡੇ ਵਾਸਤੇ। ਮੈਨੂੰ ਲੱਗਦਾ ਪਹਿਲੇ ਟਾਈਮ ਮਿਸ ਨੇ ਇਹਨਾਂ ਦੇ ਯਾਰ, ਤਾਂ ਕਰਕੇ ਅੱਜ ਬਸ ਲੇਟ ਨਹੀਂ। ਲੈ ਹੈ ਕਮਲਾ ਜਾ, ਉਹੀ ਮੇਰੇ ਕਨੀ ਦੰਦ ਕੱਢੀ ਜਾਂਦਾ ਰਹਿੰਦਾ। ਜਿੱਥੇ ਦੇਖੋ ਨਾ ਉੱਥੇ ਹੀ ਖੜਾ ਹੁੰਦਾ। ਕਾਲਜ 'ਚ ਜਾਓ ਤਾਂ ਕਲਾਸ 'ਚ ਮਿਲ ਜਾਂਦਾ। ਬੇਬੇ ਹਾਂ, ਭੁੱਖ ਬਹੁਤ ਲੱਗੀ, ਰੋਟੀ ਲੈ ਕੇ ਦੇ। ਅੱਛਾ, ਹੁਣ ਜਦੋਂ ਖੁੱਡੇ ਨੂੰ ਲੱਗੀ, ਹੁਣ ਬੇਬੇ ਯਾਦ ਆ ਗਈ ਹੈ, ਸਾਰਾ ਦਿਨ ਬਾਰੀ ਕਰਦਾ ਫਿਰ ਕੇ। ਮੈਨੂੰ ਐਂ ਦੱਸ ਗਿਆ ਕਿੱਥੇ ਤੂੰ? ਫੋਨ ਲਾ ਲਾ ਕੇ ਵੀ ਥੱਕ ਗਈ, ਫੋਨ ਹੀ ਨਹੀਂ ਚੱਕਦਾ ਹੈਗਾ। ਬੇਬੇ ਹੋਇਆ ਕੀ ਹੈ ਤੈਨੂੰ, ਕਿਉਂ ਗਰਮ ਹੋਈ ਜਾਂਦੀ ਆ? ਗਰਮ ਹੋਣਾ ਨਾ, ਉਹ ਆਏ ਤੇਗੇ ਬੈਂਕ ਵਾਲੇ ਜਿਹੜੇ ਤੇਰੇ ਬਾਪ ਨੇ ਸਿਆਪਾ ਲਾਏ ਨੇ ਮੈਨੂੰ। ਕੀ ਕਹਿੰਦੇ? ਨਾਲੇ ਬੇਬੇ ਬਾਪ ਨਾਲ ਗੱਲ ਕਰਨੀ ਜੋ ਚਾਹੁੰਦਾ ਸੀ ਉਹ, ਹੁਣ ਕੀ ਫਾਇਦਾ ਉਹਨੂੰ ਗਾਲਾਂ ਦੇਣ ਦਾ? ਮੈਨੂੰ ਕਿਹੜਾ ਪੁੱਛ ਕੇ ਕਰਦੇ ਇਹੋ ਜਿਹਾ ਕੰਮ? ਆਹੋ, ਹੁਣੇ ਵੀ ਨਹੀਂ ਸੋਚਿਆ ਨਾ, ਜ਼ਮੀਨ ਕਿਹੜੇ ਧਰਦਾ, ਪਰਵੜ ਤੇਰੇ ਨਾਲ ਗੱਲ ਤਾਂ ਕਰ ਲੈਂਦਾ, ਆਹ ਹੁਣ ਸਿਆਪਾ ਪਾ ਗਿਆ ਆਪਾਂ ਨੂੰ। ਮੈਨੂੰ ਕਿਹੜਾ ਪੁੱਛਦਾ ਸੀਗਾ ਵੀ ਕੋਈ ਕੰਮ ਕਰਨਾ, ਗਹਿਣੇ ਕਰਨੇ, ਕੀ ਕਰਨਾ ਗਾ? ਨਾ ਤੂੰ ਦੱਸ, ਮਾਮੇ ਨੂੰ ਨਹੀਂ ਪੁੱਛਿਆ ਪੈਸਿਆਂ ਨੂੰ? ਕੋਈ ਨਹੀਂ ਖੜਦਾ ਰਿਸ਼ਤੇਦਾਰ ਇਹੋ ਜਿਹੇ ਪੰਗਿਆਂ 'ਚ। ਕੋਈ ਨਾ, ਤੂੰ ਟੈਨਸ਼ਨ ਨਾ ਲੈ, ਤੇਰਾ ਪੁੱਤ ਜਿਉਂਦਾ ਹਾਲੇ, ਕਰਾਂਗੇ ਕੋਈ ਹੱਲ ਆਪਾਂ। ਮੇਰਾ ਤਾਂ ਨਾ ਇਹੋ ਜਿਹੀ ਕਰਦਾ, ਉਹਨੂੰ ਕੁਛ ਖਾ ਕੇ ਮਰ ਜਾ। ਬੇਬੇ ਕਿਉਂ ਟੈਨਸ਼ਨ ਲੈਣੀ ਹੈ, ਕੋਈ ਮੈਂ ਕਹਿ ਰਿਹਾ ਤੈਨੂੰ ਸਭ ਹੋ ਜੂਗਾ, ਫਿਕਰ ਨਾ ਕਰ, ਪਏ ਨੇ 25 ਦਿਨ ਵਾਲੇ। ਕੀ ਪੁੱਤ ਮੇਰੀ ਗੱਲ ਸੁਣਾ, ਤੂੰ 4 ਕਿੱਲੇ ਹੋਠੇ ਕਿਤੇ ਲੈ ਤਾ ਦਿੱਤੇ, ਆਪਾਂ ਨੂੰ ਫਾਇਦਾ ਵੀ ਹੋਊਗਾ ਕਿ ਨਹੀਂ ਹੋਊਗਾ? ਉਹ ਫਾਇਦਾ ਕਿਉਂ ਨਹੀਂ ਹੋਊ ਬਾਪੂ ਯਾਰ, ਚੰਗਾ ਸੋਚ ਕੇ ਚੱਲਦਾ ਮੈਂ, ਹੁਣ ਆਪਦੇ ਵਾਲੇ ਵਾਹਣ ਵਾਸਤੇ ਵੀ ਫਿਰਦੀ ਹਾਂ। 4 ਕਿੱਲੇ ਮਿਲ ਗਏ ਨਾਲ ਵਾਲੇ ਤਾਂ ਚੰਗੀ ਫਸਲ ਨਿਕਲੂ, ਆ ਕੁੜੀਆਂ ਦਾ ਵੀ ਦੇਖਣਾ ਕਿਤੇ ਟਿਕਾਣਾ ਕੋਈ ਹੋਣਾ। ਤੈਨੂੰ ਇਕੱਲੇ ਨਹੀਂ ਫਿਕਰ ਪੁੱਤ, ਮੈਨੂੰ ਪਤਾ ਕਿੰਨੀ ਫਿਕਰ ਆ, ਆਹ ਬਾਹਰ ਵੀ ਲੋਕ ਗੱਲਾਂ ਕਰਨ ਲੱਗ ਗਏ, ਮਸਾਂ ਕੁੜੀ ਪਹਿਲਾਂ ਵਿਆਹੀ ਸੀਗੀ, ਹੁਣ ਆਹ ਕੁਛ ਹੋ ਗਿਆ। ਉਹ ਚੱਲ ਕੁੜੀ ਲੈ ਪੁੱਤ, ਬਾਪੂ ਲੋਕਾਂ ਦੀ ਪਰਵਾਹ ਨਾ ਕਰਿਆ ਕਰ, ਉਹੀ ਬਿਨਾਂ ਗੱਲ ਤੋਂ ਕੁੜੀ ਦਾ ਮਨ ਦੁਖੀ ਕਰਦਾ ਰਹਿਣਾ, ਆਪਦੇ ਘਰੇ ਬੈਠੀ ਆ, ਕੋਈ ਕਿਤੇ ਬਗਾਨੀ ਥਾਂ ਤੇ ਆ। ਦੀਦੀ ਮੇਰੇ ਵਾਸਤੇ ਕਾਫੀ ਬਣਾ ਦਿਓ, ਮੈਂ ਥੱਕੀ ਪਈ ਆ, ਖਾ ਲਿਓਨੇ ਹੁਣੀ ਬਣਾ ਕੇ। ਰੁਕ ਜਾ ਸਸ, ਨਾ ਕੁੜੀ ਤੂੰ ਪੜ੍ਹਨ ਨਹੀਂ ਜਾਣੀ ਆ, ਇਹਦੇ ਕੀ ਕਰਨੀ ਉੱਥੇ ਜਾ ਕੇ, ਆਪਦਾ ਕੰਮ ਆਪ ਨਹੀਂ ਕਰ ਸਕਦੇ, ਇਹ ਸਾਰਾ ਦਿਨ ਕੁੜੀ ਮਰਦੀ ਰਹਿੰਦੀ ਆ ਘਰੇ। ਬਾਪੂ ਮੈਨੂੰ ਪਤਾ ਤੁਸੀਂ ਕਿਹੜੀ ਗੱਲ ਦਾ ਗੁੱਸਾ ਕਰ ਰਹੇ ਹੋ, ਨਾ ਤੁਹਾਨੂੰ ਕੀ ਲੱਗਦਾ ਮੈਂ ਵੱਡੀ ਭੈਣ ਕਰਕੇ ਆਪਦੀ ਬਲੀ ਦੇ ਦਾਂ? ਰਿਸ਼ਤਾ ਤਾਂ ਉਹ ਐਂ ਲੈ ਕੇ ਆਏ ਸੀ ਜਿਵੇਂ ਮੁੰਡਾ ਅਫਰੀਕਾ ਤੋਂ ਆਇਆ ਹੁੰਦਾ। ਮੰਗ ਤਾਂ ਦੇਖ ਲਓ ਕਿਵੇਂ ਦੀ ਰੱਖੀ ਸੀ ਉਹਨਾਂ ਨੇ, ਵੀ ਜੇ ਵੱਡੀ ਦਾ ਰਿਸ਼ਤਾ ਕਰੋਗੇ ਨਾ ਤਾਂ ਅਸੀਂ ਛੋਟੀ ਦਾ ਵੀ ਰਿਸ਼ਤਾ ਨਾਲ ਲਵਾਂਗੇ, ਵੀ ਨਹੀਂ ਅਸੀਂ ਵੱਡੀ ਦਾ ਵੀ ਨਹੀਂ ਲੈਂਦੇ ਹੈਗੇ। ਮੇਰਾ ਕੋਈ ਮੇਲ ਹੈਗਾ ਸੀ ਉਹ ਮੁੰਡੇ ਨਾਲ? ਨਾ ਮੇਲ ਕਾਹਤੋਂ ਨਹੀਂ ਜੀ ਕੁੜੀਏ, ਮੁੰਡਾ ਸਰਕਾਰੀ ਨੌਕਰੀ 'ਤੇ ਲੱਗਿਆ ਹੋਇਆ, ਹੋਰ ਤੈਨੂੰ ਕੀ ਚਾਹੀਦਾ? ਨਾਲੇ ਬਾਪੂ ਦਾ ਗੁੱਸਾ ਜਾਇਜ਼ ਹੈ, ਤੇਰੇ ਕਰਕੇ ਜੇ ਵੱਡੀ ਭੈਣ ਦਾ ਘਰ ਵੱਸਦਾ ਕੀ ਮਾੜੀ ਗੱਲ ਤੀ ਇਹ 'ਚ? ਨਾ ਵੀਰੇ ਸਰਕਾਰੀ ਨੌਕਰੀ ਨੂੰ ਕਿਹੜਾ DSP ਲੱਗਿਆ ਹੋਇਆ ਸੀਗਾ, ਉਹ ਚਪੜਾਸੀ ਲੱਗਿਆ ਸੀ। ਉਹ ਚਾਹੇ ਕੁਛ ਵੀ ਲੱਗਿਆ ਸੀ, ਕੰਮ ਤਾਂ ਕਰਦਾ ਸੀਗਾ, ਵੀ ਕਿਨਾਰੇ ਨਾਲ ਕਿਉਂ ਭਗਾਈ ਮਾਰਦਾ ਤੂੰ? ਚੱਲ ਜਾ ਕੁੜੀਏ, ਤੂੰ ਕਰ ਲਾ ਆਪਣਾ ਕੰਮ। ਲੈ ਦੱਸ ਬਾਪੂ, ਤੋਰਤੇ ਨਾ ਭੈਣ ਨੂੰ ਨਾਰਾਜ਼ ਕਰਕੇ, ਐ ਥੋੜੀ ਹੁੰਦਾ ਕੀ ਖਾਂਦੀ ਆ ਉਹ, 4 ਰੋਟੀਆਂ ਹੀ ਖਾਂਦੀਆਂ, ਤੁਰਦੋ ਤਾਂ ਉਹ ਵੀ ਨਹੀਂ ਦਿੱਤੀ ਜਾਂਦੀਆਂ। ਦੇਖ ਲਾ ਕਿਵੇਂ ਬੋਲਦੀ ਆ ਇਹ, ਬਾਪੂ ਬੋਲਣ 'ਚ ਨਹੀਂ ਆਉਣ ਦਿੰਦੀ ਇਹ। ਚੱਲ ਆਪਾਂ ਵੀ ਕਾਹਨੂੰ ਇਹਦੇ ਨਾਲ ਬਹਿਸ ਕਰਦੇ ਹੁੰਦੇ ਹਾਂ, ਇਹਦੀ ਆਦਤ ਦਾ ਪਤਾ ਤਾਂ ਹੈਗਾ ਆਪਾਂ ਨੂੰ। ਮੇਰੀ ਗੱਲ ਸੁਣਾ ਨਾ, ਲੋਕਾਂ ਬਾਰੇ ਕੀ ਕਹਿੰਦੀ ਤੂੰ?
ਕੌਣ ਮਾੜਾ ਚੰਗਾ ਬੋਲਦਾ? ਆਪਣੀ ਕੁੜੀ ਆਪਣੇ ਘਰੇ ਬੈਠੀ ਹੈ। ਉਹ ਬੈਠੀ ਤਾਂ ਹੈਗੀ ਪੁੱਤ, ਮੇਰੇ ਲਈ ਕਿਹੜਾ ਬੋਝ ਆ ਕੋਈ ਉਹ, ਪਰ ਪੁੱਤਰ ਫਿਕਰ ਤਾਂ ਲੱਗੀ ਰਹਿੰਦੀ ਆ। ਚੱਲ ਕੋਈ ਨਹੀਂ ਬਾਪੂ, ਜਿਵੇਂ ਲਿਖਿਆ ਨਾ ਪਰਮਾਤਮਾ ਨੇ ਉਵੇਂ ਹੋ ਕੇ ਰਹੂਗਾ, ਮਿਲ ਜੂ ਉੱਥੇ ਟਿਕਾਣਾ ਕੋਈ। ਚੱਲ ਮੈਂ ਜਾ ਮੈਂ ਮਾੜਾ ਖੇਤ ਕਰੀ ਹੈ। ਚੱਲ ਜੇ ਕੋਈ ਕੰਮ ਕਰ ਹੋਏ ਮੈਨੂੰ ਵੀ ਦੱਸ ਦੇਈ। ਮਾਹੀ ਕਰੀ ਗੱਲ ਭਰਜਾਈ ਨਾਲ ਤਾਂ? ਬਸ ਉਹ ਭਰਾ ਇਹੋ ਜਿਹੀ ਗੱਲ ਕੀਤੀ, ਤੇਰੀ ਭਰਜਾਈ ਮੇਰੀ ਗੱਲ ਪੈ ਗਈ ਨਾ, ਜੇ ਇਹੋ ਜਿਹੀ ਲਿਆਉਣੀ ਸੀਗੀ ਉਹਨੇ ਗੱਲ ਕਰੀ ਹੋਣੀ ਕਿਤੇ ਜਾ ਕੇ ਵੀ ਹਾਂ ਚੱਲ ਸੰਜੇ ਦੀ ਗੱਲ ਕਰ ਲੈਂਦੇ ਹੈਗੇ, ਉਹ ਤਾਂ ਭਰਾਵਾ ਉਹਦੇ ਵੀ ਗੱਲ ਪੈ ਗਈ। ਸ਼ੇਰ ਆ ਬੰਨੇ ਹੱਥ, ਤੂੰ ਆਪੀ ਗੱਲ ਕਰ ਲਈ, ਮੇਰੇ ਤੋਂ ਨਹੀਂ ਹੁੰਦੀ ਹੈਗੀ। ਫਿਰ ਮੈਂ ਕਿਵੇਂ ਕਰਾਂ, ਤੈਨੂੰ ਪਤਾ ਉਹਦਾ ਭਾਈ ਜਾ ਨਾਲ ਆ ਜਾਂਦਾ। ਯਾਰ ਮੈਨੂੰ ਐਂ ਕਿਉਂ ਲੱਗਦਾ ਵੀ ਇਹ ਮੁੰਡਾ ਮੇਰੇ ਪਿੱਛੇ ਫਿਰਦਾ, ਪਰ ਅਜੇ ਤੱਕ ਇਹਨੇ ਮੈਨੂੰ ਕੁਛ ਕਿਹਾ ਤਾਂ ਹੈ ਨਹੀਂ। ਮੈਂ ਵੀ ਨਾ ਉਹੀ ਸੋਚੀ ਜਾਂਦੀ ਹਾਂ, ਰਸਤੇ 'ਚ ਹੋਰ ਬਥੇਰੀਆਂ ਕੁੜੀਆਂ ਆਉਂਦੀਆਂ ਨੇ, ਕੀ ਪਤਾ ਉਹਲਾ ਕਿਸੇ ਹੋਰ ਦਾ ਵੇਟ ਕਰਦਾ ਹੋਵੇ। ਕਰ ਲੈ ਗੱਲ, ਮਾਰ ਹਿੰਮਤ, ਸੋਚਦਾ ਤਾਂ ਮੈਂ ਵੀ ਆਈ ਹਾਂ, ਸ਼ੁਕਰ ਹੈ। ਹੋ ਕਿਹੜਾ, ਚੱਲ ਤੂੰ ਬੈਠ, ਮੈਂ ਗੱਲ ਕਰਕੇ ਆਉਣਾ। ਆ ਗਏ ਵੀਰੇ ਤੁਸੀਂ? ਆ ਗਏ ਹੁਣ ਤਾਂ ਆ ਗਈ, ਬਸ ਕਿਹਾ ਤੀ ਮੈਂ ਛੱਡਿਆ ਨਾ, ਚੱਲ ਬੈਠ। ਤੁਸੀਂ ਵੀ ਤਾਂ ਵੀਰੇ ਲੇਟ ਹੋ ਗਏ। ਇਹ ਸਾਲਾ ਹੁਣ ਕਿੱਧਰੋਂ ਆ ਗਿਆ, ਮੈਨੂੰ ਤਾਂ ਅਸੀਂ ਇਕੱਲੀ ਅੱਜ, ਇਹ ਸਾਲਾ ਮੌਕੇ 'ਤੇ ਟਪਕ ਜਾਂਦਾ, ਕੀ ਕਰਾਂ ਮੈਂ? ਤੂੰ ਕੁਛ ਨਹੀਂ ਕਰ ਸਕਦਾ ਹੁਣ, ਤਾਂ ਰੱਬ ਹੀ ਕਰੂਗਾ। ਰੱਬ ਕੀ ਕਰੂਗਾ, ਆਪ ਹੀ ਕਰਨਾ ਪਊਗਾ। ਚੱਲ ਚੱਲੀਏ, ਕੋਈ ਨਾ ਹੁਣ ਦੇਖੀ ਜਾਊਗਾ। ਵੀ ਬੇ ਮੁੰਡੇ, ਬੇ ਮੁੰਡੇ ਖੜਾ ਹੋ, ਤੈਨੂੰ ਖੁਸ਼ ਖਬਰੀ ਸੁਣਾਵਾਂ। ਕੀ ਹੋ ਗਿਆ ਬੇਬੇ, ਬਲਾ ਤਾਂ ਬਣਾਇਆ, ਦੱਸ ਗਈ ਕਿੱਥੇ ਸੀ? ਬੇ ਮੈਂ ਵੀ ਗਈ ਸੀਗੀ, ਫਿਰਦੀ ਆਂਗੀ ਧੱਕੇ ਖਾਂਦੀ। ਬਾਅਦ 'ਚ ਦੱਸੀ ਕੀ ਗੱਲ ਆ? ਪਹਿਲਾਂ ਪਾਣੀ ਪੈ ਦੇ ਮੈਨੂੰ। ਬੇ ਪਾਣੀ ਤਾਂ ਫਿਰ ਪੀ ਲਈ, ਆਪਣੇ ਘਰ ਹੋਣੇ ਧੋਣੇ ਸਾਰੇ ਧੋਤੇ ਜਾਣਗੇ। ਬੇਬੇ ਇਹੋ ਜਿਹੀ ਕੀ ਗੱਲ ਹੋ ਗਈ, ਬੜੀ ਖੁਸ਼ ਲੱਗ ਰਹੀ ਹੈ। ਫੁੱਫੜ ਨੇ ਪੈਸੇ ਦਿੱਤੇ ਨੇ ਕਿ ਮਾਸੜ ਨੇ? ਬੇ ਉਹ ਤਾਂ ਬਿਸਕੁਟ ਖਾਣ ਜੋ ਕਿਉਰੇ ਰਹਿ ਗਏ, ਤੈਨੂੰ ਪਤਾ ਆਹ ਗੋਬਿੰਦ ਦਾ ਕੰਮ ਕਰ ਗਿਆ ਆਪਣਾ ਤਾਂ। ਆਹ ਗੋਬਿੰਦ ਵਿਚੋਲਾ ਉਹ ਕਿਵੇਂ? ਬੇ ਰਿਸ਼ਤਾ ਲੈ ਕੇ ਆ, ਬਾਹਲਾ ਵਧੀਆ ਹੈਗਾ। ਬੇਬੇ ਮੈਨੂੰ ਤਾਂ ਲੱਗਦਾ ਨਾ ਕਰਜ਼ੇ ਨੇ ਤੇਰਾ ਦਿਮਾਗ ਹਿਲਾ ਤਾ, ਆਹ ਰੁਪਈਏ ਰੁਪਈਏ ਨੂੰ ਤਾਂ ਮਰਦੇ ਫਿਰਦੇ ਆਪਾਂ, ਤੈਨੂੰ ਮੇਰਾ ਵਿਆਹ ਸੁਝ ਰਿਹਾ। ਬੇ ਬਾਵਲੇ ਪੁੱਤ, ਤੇਰੀ ਮਾਂ ਪਾਗਲ ਨਹੀਂ ਹੈਗੀ, ਉਹ ਸਮਝ ਸੋਚ ਕੇ ਗੱਲ ਕਰ ਦਿੰਦੀ ਹੈ। ਜਿਹੜਾ ਤੈਨੂੰ ਰਿਸ਼ਤਾ ਹੈ ਨਾ ਉਹ 20 ਲੱਖ ਦੇਣਗੇ, 20 ਲੱਖ ਲੈ ਕੇ ਆਪਾਂ ਅਗਲੇ ਦੇ ਮੱਥੇ ਨਾਲ ਮਾਰਾਂਗੇ, ਆਪਾਂ ਜ਼ਮੀਨ ਛੱਡਾ ਦਾਂਗੇ। ਉਹ ਬਸ ਕਰ ਮਾਂ, ਨਾ ਹੁਣ ਤੂੰ ਜ਼ਮੀਨ ਪਿੱਛੇ ਮੇਰਾ ਸੌਦਾ ਕਰੇਂਗੀ? ਨਾਲੇ ਮੇਰੀ ਗੱਲ ਸੁਣ ਲੈ ਮਾਂ, ਮੈਂ ਕਿਸੇ ਐਰੀ ਗੈਰੀ ਕੁੜੀ ਨਾਲ ਵਿਆਹ ਨਹੀਂ ਕਰਾਉਂਦਾ, ਮੈਨੂੰ ਕੁੜੀ ਪਸੰਦ ਹੈ ਇੱਕ, ਤੇਰਾ ਪੁੱਤ ਵਿਆਹ ਉਹਦੇ ਨਾਲ ਹੀ ਕਰਾਊਗਾ। ਨਾ ਤੂੰ ਮੇਰੇ ਉੱਤੋਂ ਚੱਲੇਗਾ, ਮੈਂ ਵਿਚੋਲੇ ਨੂੰ ਹਾਂ ਕਰਕੇ ਆ, ਤੜਕੇ ਕੁੜੀ ਦੇਖਣ ਜਾਣਾ। ਨਾ ਬੇਬੇ ਫਿਰ ਮੇਰੇ ਤੋਂ ਪੁੱਛ ਕੇ ਹਾਂ ਕਰੀ ਸੀ ਵਿਚੋਲੇ ਨੂੰ, ਨਾਲੇ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਇਹ। ਅੱਛਾ ਤੇਰਾ ਫੈਸਲਾ ਵੱਡਾ ਹੋ ਗਿਆ ਹੈ, ਜ਼ਮੀਨ ਛੋਟੀ ਹੋ ਗਈ, ਨਾ ਪੈਸੇ ਦਿੱਤੇ ਗਏ ਨਾ ਜ਼ਮੀਨ ਜਾਊ, ਨਾ ਤੇਰੇ ਹੱਥ ਵੱਡੇ ਨੂੰ ਕੁਛ ਆਉਣਾ। ਬੇਬੇ ਮੈਨੂੰ ਉਹ ਸਭ ਨਹੀਂ ਪਤਾ ਹੈਗਾ, ਵਿਆਹ ਤਾਂ ਮੈਂ ਆਪਣੀ ਮਰਜ਼ੀ ਨਾਲ ਹੀ ਕਰਾਊਂਗਾ। ਅੱਛਾ ਤੇਰੀ ਮਰਜ਼ੀ ਭੁੱਗਣਗੇ ਹੈ, ਜਿਹੜੀ ਮਰਜ਼ੀ ਨਾਲ ਵਿਆਹ ਕਰਾਉਂਦੇ ਨੇ ਨਾ ਉਹ ਭੁੱਖੀਆਂ ਮਰ ਜਾਂਦੇ, ਉਹਨਾਂ ਦਾ ਮੌਸਮ ਪੂਰੇ ਨਹੀਂ ਹੁੰਦੇ ਹੈਗੇ। ਪਰ ਬੇਬੇ ਮੇਰੀ ਗੱਲ ਤਾਂ ਸਮਝ ਤੂੰ। ਬਸ ਕਰ, ਸੁਣੀਏ ਤੇਰੀ ਗੱਲ, ਤੜਕੇ ਕੁੜੀ ਦੇਖਣ ਜਾਣਾ, ਉਹ ਨਾਲ ਦੇ ਦੇਖੀ ਜਗਰੂਪ ਦੀ ਕੁੜੀ ਆ ਲੰਬਰਦਾਰ ਦੀ। ਕੀ ਕਿਹਾ ਬੇਬੇ, ਕਿਹਦੀ ਕੁੜੀ ਆ? ਜਗਰੂਪ ਦੀ ਕੁੜੀ? ਬੇ ਹਾਂ ਹਾਂ ਜਗਰੂਪ ਲੰਬਰਦਾਰ ਦੀ ਕੁੜੀ ਆ, ਤੂੰ ਕਿਵੇਂ ਜਾਣਦਾ ਉਹਨੂੰ? ਓ ਬੇਬੇ ਇਹ ਨਾ ਪੁੱਛ ਬਸ ਮੈਂ ਕਿਵੇਂ ਜਾਣਦਾ, ਇਹ ਤਾਂ ਰੱਬ ਨੇ ਮੇਰੀ ਬਹੁਤ ਛੇਤੀ ਸੁਣ ਲਈ, ਇਹ ਤਾਂ ਬੜਾ ਵਧੀਆ ਹੋ ਗਿਆ ਬੇਬੇ। ਫਿਰ ਓਹੋ ਮੈਂ ਤਾਂ ਉਹ ਮੱਥਾ ਮਾਰੀ ਗਈ, ਜੇ ਮੈਂ ਤੈਨੂੰ ਫੋਟੋ ਦਿਖਾ ਦਿੰਦੀ, ਮੈਂ ਲਿਆਉਂਦੀ ਫੋਟੋ ਚੱਕ ਕੇ। ਓ ਬਸ ਕਰ ਬੇਬੇ, ਫੋਟੋ ਦੇਖਣ ਦੀ ਕੀ ਲੋੜ ਹੈ, ਤੇਰਾ ਪੁੱਤਾਂ ਜਿਉਂਦੀ ਜਾਗਦੀ ਕੁੜੀ ਦੇਖੀ ਬੈਠਾ, ਤੂੰ ਐਂ ਕਰ ਵਿਚੋਲੇ ਨੂੰ ਕਰਦੇ ਫੋਨ, ਤਾਂ ਭਾਈ ਛੇਤੀ ਕਰ,
ਤੂੰ ਜਿਹੜਾ ਵਈ ਕਰ ਲਾਂਗੇ ਕਿਤੇ ਚੰਗਾ ਰਿਸ਼ਤਾ ਹੱਥ ਨਾਲ ਲੰਘ ਜੇ ਚੱਲ ਕਰੀਏ ਤੇਰੀ ਵੇਖ ਲੈ ਕਿੰਨਾ ਸ਼ਹਿਰ ਹੋਇਆ ਹੁਣ ਗੋਬਿੰਦ ਸ਼ਰਾ ਮੈਂ ਤਾਂ ਇਹ ਕਹਿੰਦਾ ਸੀ ਜਿਹੜੀ ਆਪਾਂ ਗੱਲ ਕਰੀ ਸੀਗੀ ਉਹ ਇਹਨਾਂ ਨਾਲ ਗੱਲਬਾਤ ਸਾਰੀ ਕਰ ਲਈ ਸੀ ਨਾ ਉਹ ਤਾਂ ਗੱਲ ਕਰ ਲਈ ਮੈਂ ਗੱਲ ਤਾਂ ਪੂਰੀ ਠੋਕ ਕੇ ਕਰ ਲਈ ਪਰ ਤੁਸੀਂ ਇਹ ਦੱਸੋ ਜਿਹੜੀ ਰਕਮ ਦੀ ਗੱਲ ਹੋਈ ਹੈ ਉਹ ਤੁਹਾਡੀ ਤਿਆਰ ਹੈ ਰਕਮ ਉਹਦੀ ਭਾਈ ਤੂੰ ਫਿਕਰ ਨਾ ਕਰ ਜਿਹੜਾ ਵਾਅਦਾ ਕੀਤਾ ਪੂਰਾ ਕਰਾਂਗੇ ਅਤੇ ਸਭ ਕੁਝ ਕਰਾਂਗੇ ਬਸ ਸਾਡੀ ਤਾਂ ਇੰਨੀ ਕੁ ਮੰਗ ਹੈ ਜੀ ਵੀ ਕੁੜੀ ਖੁਸ਼ ਰਹੇ ਸਾਡੀ ਨਹੀਂ ਕੁੜੀ ਦੀ ਗਰੰਟੀ ਮੈਂ ਲੈਣਾ ਬਾਈ ਅਤੇ ਤੁਸੀਂ ਐਂ ਕਰੋ ਫਿਰ ਜੇ ਤੁਹਾਡੀ ਰਕਮ ਵੀ ਰੈਡੀ ਹੈ ਤਾਂ ਕੁੜੀ ਨੂੰ ਬੁਲਾਓ ਫਿਰ ਆਪਾਂ ਜਿਹੜਾ ਕਾਰਜ ਵਿਹਾਰ ਕਰਨਾ ਉਹ ਕਰੀ ਲੈਂਦੇ ਹਾਂ ਆ ਜਾ ਪੁੱਤ ਇਹਨਾਂ ਨੂੰ ਆਪਦੇ ਲੈਣ ਦੇਣ ਦੀ ਟੈਨਸ਼ਨ ਹੋਈ ਪਈ ਹੈ ਮੈਨੂੰ ਐਂ ਹੋ ਰਿਹਾ ਮੈਂ ਕਦੋਂ ਦਰਸ਼ਨ ਕਰ ਲਾਂ ਉਹਦੇ ਸ਼ੁਕਰ ਆ ਓਏ ਆ ਗਈ ਭਰਾ ਨਾਲ ਕੌਣ ਆ ਇਹਦੇ ਚਲ ਭਰਜਾਈ ਭਰਜੀ ਹੋਊ ਆ ਜਾ ਪੁੱਤ ਬੈਠ ਬੇਬੇ ਮੈਂ ਤੇਰੇ ਨਾਲ ਗੱਲ ਕਰਨੀ ਹੈ ਕੋਈ ਅਸੀਂ ਮਾੜਾ ਜਾ ਅਸੀਂ ਆ ਗਈ ਜੀ ਗੋਬਿੰਦ ਬਾਈ ਕੀ ਗੱਲ ਹੋ ਗਈ ਇੱਦਾਂ ਉੱਠ ਕੇ ਚਲੇ ਗਏ ਉਹ ਕੋਈ ਗੱਲ ਨਹੀਂ ਕੋਈ ਰਾਏ ਕਰਦੇ ਹੋਣੇ ਮਾਂ ਪੁੱਤ ਵਿਆਹ ਬਾਰੇ ਗੱਲਾਂ ਕਰਦੇ ਹੋਣੇ ਤੂੰ ਕਿਉਂ ਟੈਨਸ਼ਨ ਲੈਣਾ ਗੱਲ ਮੈਂ ਵਧੀਆ ਠੋਕ ਕੇ ਕਰੀ ਹੋਈ ਹੈ ਘਬਰਾ ਨਾ ਠੀਕ ਆ ਜਾਣਗੇ ਕੋਈ ਗੱਲ ਨਹੀਂ ਮੁੰਡੇ ਕੀ ਹੋ ਗਿਆ ਕੁੜੀ ਜਾ ਕੇ ਬੈਠੀ ਤੁਸੀਂ ਤੇ ਬੱਚਾ ਆ ਬੇਬੇ ਆਹ ਕੁੜੀ ਨਾਲ ਵਿਆਹ ਕਰਾਉਂਗਾ ਮੈਂ ਤੂੰ ਚੁੱਪ ਕਰ ਜਾ ਉਹ ਤਾਂ ਤੂੰ ਕਹਿੰਦੀ ਲੰਬਰਦਾਰਾਂ ਦੀ ਕੁੜੀ ਪਸੰਦ ਆ ਗਈ ਹੁਣ ਸਿਹਤ ਭੱਜਣ ਵੀ ਲੱਗ ਗਿਆ ਬੇਬੇ ਮੇਰੀ ਗੱਲ ਸੁਣ ਮੈਨੂੰ ਥੋੜ੍ਹੀ ਪਤਾ ਸੀ ਨਾ ਦੋ ਕੁੜੀਆਂ ਨੇ ਨਾਲੇ ਮੈਂ ਛੋਟੀ ਨਾਲ ਵਿਆਹ ਕਰਾਉਣ ਨੂੰ ਕਹਿੰਦਾ ਸੀ ਦੇਖ ਤਾਂ ਲੈ ਮੇਰੇ ਤੋਂ ਕਿੱਡੀ ਵੱਡੀ ਆ ਉਹ ਤੂੰ ਚੁੱਪ ਕਰਕੇ ਬਹਿ ਜਾ ਤੈਨੂੰ ਪਤਾ ਅਗਲੇ ਨੇ 20 ਲੱਖ ਰੁਪਈਆ ਕਰਿਆਗਾ ਛੇਤੀ ਭੱਜ ਲਿਆ ਬੇਬੇ ਪਰ ਮੈਨੂੰ ਪਸੰਦ ਤਾਂ ਛੋਟੀ ਕੁੜੀ ਸੀ ਜੇ ਮੈਨੂੰ ਪਤਾ ਹੁੰਦਾ ਮੈਂ ਨਾ ਹੀ ਆਉਂਦਾ ਇੱਥੇ ਬੇ ਤੂੰ ਚੁੱਪ ਕਰ ਜਾ ਨਾ ਤਾਂ ਤੈਨੂੰ 20 ਲੱਖ ਮਿਲਦਾ ਨਾ ਹੀ ਕੁੜੀ ਦਿੰਦੇ ਨੇ ਕਿ ਇੱਥੋਂ ਜਦੋਂ ਦੇ ਤਾ ਜਵਾਬ ਨਾ ਤੈਨੂੰ ਨਾ ਤੈਨੂੰ ਸਾਕ ਨਹੀਂ ਹੋਣਾ ਨਾ ਤੂੰ ਡਾਕਟਰ ਆਪਾਂ ਕਰਦਾ ਫਿਰੇਗਾ ਨਾ ਫਿਰ ਤੂੰ ਮੇਰੇ ਹਾੜੇ ਕੱਢੇਗਾ ਪਰ ਬੇਬੇ ਮੇਰੀ ਗੱਲ ਤਾਂ ਸੁਣ ਲੈ ਮੈਂ ਇਹ ਨਹੀਂ ਤੇਰੀ ਗੱਲ ਸੁਣ ਚੁੱਪ ਕਰਕੇ ਹਾਂ ਕਰ ਲਾ ਚੱਲ ਆ ਜਾ ਦੀਦੀ ਹੁਣ ਕਿ ਮੂੰਹ ਬਣਾਇਆ ਹੁਣ ਤਾਂ ਖੁਸ਼ ਹੋ ਜਾਓ ਮੁੰਡਾ ਵੀ ਦੇਖ ਲਓ ਬਾਹਲਾ ਸੋਹਣਾ ਐਵੇਂ ਨਾ ਫਿਕਰ ਜ਼ਿਕਰੀ ਜਾਓ ਹੁਣ ਤਾਂ ਨਾਲੇ ਰਿਸ਼ਤਾ ਪੱਕਾ ਹੋ ਗਿਆ ਆ ਗਏ ਲੈ ਕੀ ਗੱਲ ਹੋ ਗਈ ਬਾਈ ਨਾ ਪੁੱਤ ਕੋਈ ਗੱਲ ਨਹੀਂ ਹੋਈ ਮੈਨੂੰ ਤਾਂ ਹੀ ਪੁੱਛ ਦਿੱਤੀ ਬੇਬੇ ਉਹਨੂੰ ਤਾਂ ਪੁੱਛ ਲਾ ਵੀ ਤੇਰੀ ਸੇਵਾ ਸੁਭਾ ਕਰਿਆ ਕਰੂਗੀ ਮੈਂ ਆਖਿਆ ਲੈ ਸੇਵਾ ਕਿਉਂ ਨਹੀਂ ਕਰੂ ਜਦੋਂ ਕਰੇ ਜਦ ਨੂੰ ਜਾਊਗੀ ਮੇਰੀ ਉਹ ਭੈਣ ਜੀ ਇਹ ਜੀ ਕਿਹੋ ਜੀ ਗੱਲ ਕਰਦੀ ਬਥੇਰੀ ਸਿਆਣੀ ਹੈ ਮੇਰੀ ਧੀ ਜੀ ਥੋੜੀ ਸੇਵਾ ਪੂਰੀ ਕਰੂਗੀ ਜੀ ਲੈ ਫਿਰ ਜਦੋਂ ਦੋਏ ਧਿਰਾਂ ਖੁਸ਼ ਨੇ ਗੀਆਂ ਫਿਰ ਕਾਹਨੂੰ ਆਪਾਂ ਟਾਈਮ ਖਰਾਬ ਕਰੀ ਜਾਂਦੇ ਹਾਂ ਪਾਓ ਸ਼ਗਨ ਦੇਈਏ ਵਧਾਈਆਂ ਇੱਕ ਦੂਜੇ ਨੂੰ ਮੁਬਾਰਕਾਂ ਮੁਬਾਰਕਾਂ ਬਾਈ ਗੋ ਮੁਬਾਰਕਾਂ ਮੁਬਾਰਕਾਂ ਮਾਤਾ ਜੀ ਤੁਹਾਨੂੰ ਤੁਹਾਨੂੰ ਪਤਾ ਮੇਰਾ ਬਾਈ ਚੰਗਾ ਪੁੱਤਰ ਮੁਬਾਰਕਾਂ ਹਾਏ 12 ਵੱਜ ਗਏ ਹਜੇ ਤੱਕ ਨਹੀਂ ਘਰ ਆਇਆ ਪਤਾ ਨਹੀਂ ਕਿੱਥੇ ਰਹਿ ਗਿਆ ਐਂ ਕਰਦੀ ਹਾਂ ਬੇਬੇ ਨੂੰ ਜਾ ਕੇ ਪੁੱਛਦੀ ਹਾਂ ਕੀ ਪਤਾ ਬੇਬੇ ਬਾਹਰ ਜਾ ਕੇ ਦੇਖਿਆ ਆਵੇ ਉਹਨੂੰ ਬੇਬੇ 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 ਜੱਗੀ ਨਹੀਂ ਹਜੇ ਤੱਕ ਘਰ ਆਇਆ ਕਿੰਨਾ ਟਾਈਮ ਹੋ ਰਿਹਾ ਗਾ ਹਜੇ ਆਇਆ ਨਹੀਂ ਹੈਗਾ ਪੁੱਤ ਮੈਨੂੰ ਤਾਂ ਐਂਦੀ ਵੀ ਆ ਗਿਆ ਹੋਣਾ ਬੇਬੇ 12 ਵੱਜ ਗਏ ਮੈਂ ਤਾਂ ਕਿਹੜੇ ਵੇਲੇ ਦੀ ਡਿੱਕੀ ਜਾਂਦੀ ਹਾਂ ਹਜੇ ਤੱਕ ਨਹੀਂ ਆਇਆ ਪੁੱਤ ਇੰਨਾ ਲੇਟ ਤੱਕ ਦੀ ਹੋਇਆ ਨਹੀਂ ਤੀਗਾ ਬੇਬੇ ਪਤਾ ਨਹੀਂ
ਵੀ ਅੱਜ ਫਿਰ ਪੀ ਕੇ ਆ ਗਿਆ ਟੁੱਟ ਪਏ ਨੇ, ਤੈਨੂੰ ਐਂ ਨਹੀਂ ਪਤਾ ਹੈਗਾ ਤੇਰੀ ਬਹੂ ਉਡੀਕਣ ਲੱਗ ਰਹੀ ਕਦੋਂ ਦੀ। ਮੈਂ ਕਿਹੜਾ ਕਹਿਣਾ, ਇਹ ਮੈਨੂੰ ਉਡੀਕੇ ਨਾ ਉਡੀਕਦੀ, ਸੌ ਜਾਂਦੀ ਆਪਦਾ ਜਾ ਕੇ। ਤੂੰ ਚੁੱਪ ਕਰਕੇ ਬਹਿ ਜਾ, ਉਹ ਛੱਡਦੇ ਇੰਨੀਆਂ ਗੱਲਾਂ। ਬੇਬੇ ਤੂੰ ਤਾਂ ਨਾ ਹੀ ਬੋਲ, ਇਹ ਸਾਰਾ ਕੁਝ ਤੇਰਾ ਕਰਾਇਆ ਕਰਾਇਆ ਲੈ ਆਈ ਹੁਣ ਆਪਦੀ ਪਸੰਦ ਦੀ ਬਹੂ, ਠੀਕ ਹੈ ਤੁਹਾਨੂੰ ਮੇਰੀ ਦਾ ਪ੍ਰਭਾਵ ਕੋਈ ਨਹੀਂ। ਵੀ ਕਿਉਂ ਬਕਵਾਸ ਕਰੀ ਜਾਂਦਾ, ਪਏਗਾ ਚੁੱਪ ਕਰਕੇ, ਤੈਂ ਤਾਂ ਕਦੇ ਪੀਤੀ ਨਹੀਂ ਸੀ, ਖਬਰ ਕਿਹੜੇ ਕੰਜਰ ਨੇ ਪਿਲਿਆ ਤੀ, ਕਿਵੇਂ ਬੇਸੁੱਧੂ ਹੋ ਗਿਆ। ਆਹੋ ਮੈਂ ਹੀ ਬੇਸੁੱਧ ਹਾਂ, ਤੂੰ ਹੀ ਸਮਝਦਾ ਨਾ ਕੱਲੀ ਜਾਨਾ। ਰੋਟੀ ਲਿਆਵਾਂ ਜੀ? ਤੂੰ ਮੇਰੇ ਮਗਰ ਕੀ ਲੈਣਾ ਹੀ ਹੈ, ਕੀ ਚਾਹੀਦਾ ਤੈਨੂੰ? ਆਪਣੇ ਕਮਰੇ ਚ ਆਈ ਹਾਂ ਜੀ। ਆਪਣਾ ਕਮਰਾ? ਇਹ ਕਮਰਾ ਤਾਂ ਮੇਰਾ ਹੈ, ਸਮਝ ਗਈ? ਇੱਥੇ ਨਾ ਤੈਨੂੰ ਆਉਣ ਦੀ ਲੋੜ ਹੈ, ਨਾ ਹੀ ਅੱਗੇ ਤੋਂ ਐਂ ਕਹਿਣਾ ਕਿ ਆਪਣਾ ਕਮਰਾ। ਜਾ ਕੇ ਆਪਦੀ ਸੱਸ ਕੋਲ ਬਹਿ ਜਾ, ਜਿਹੜੀ ਤੈਨੂੰ ਬਹਿ ਕੇ ਲਈ ਜਾ ਉਰੇ। ਗੱਲ ਸੁਣ ਲੈ ਮੇਰੀ, ਤੇਰੇ ਵਾਸਤੇ ਮੇਰੇ ਦਿਲ ਦੇ ਦਰਵਾਜ਼ੇ ਵੀ ਬੰਦ ਨੇ ਅਤੇ ਮੇਰੇ ਕਮਰੇ ਦਾ ਦਰਵਾਜ਼ਾ ਵੀ ਬੰਦ ਹੈ। ਚਲ ਪੈ ਜਾ ਗਈ। ਪੁੱਤ ਤੂੰ ਮੇਰੇ ਨਾਲ ਪੈ ਜਾ, ਉਹਦੀ ਖਾਧੀ ਪੀਤੀ ਹੈ, ਉਹਦੇ ਨਾਲ ਕੀ ਬਕਾਈ ਕਰਨ ਲੱਗੀ, ਆਪਾਂ ਸਵੇਰੇ ਪੁੱਛ ਲਵਾਂਗੇ, ਬਕਾਈ ਕਰਨ ਦਾ ਫਾਇਦਾ ਨਹੀਂ ਹੈਗਾ ਉਹਦੇ ਨਾਲ। ਚੰਗਾ ਬੇਬੇ। ਰੱਬਾ ਐਡੀ ਮਾੜੀ ਕਿਸਮਤ ਕਾਹਤੋਂ ਲਿਖੀ ਹੈ ਮੇਰੀ, ਮੈਂ ਤਾਂ ਪਹਿਲੇ ਬਥੇਰੇ ਦੁੱਖ ਜਰ ਲਏ, ਪਹਿਲਾਂ ਵਾਲੇ ਵਿਆਹ ਨੇ ਮੈਨੂੰ ਰੋੜੀ ਰੋੜੀ ਜਗਾ ਦੀ, ਬਸ ਆਹੀ ਵਿਆਹ ਤੋਂ ਕੁਛ ਉਮੀਦਾਂ ਲਾਈਆਂ ਸੀ ਵੀ ਮੈਨੂੰ ਇੱਥੇ ਖੁਸ਼ੀ ਮਿਲੂਗੀ, ਪਰ ਨਹੀਂ, ਮੈਨੂੰ ਲੱਗਦਾ ਇਹ ਤਾਂ ਆਪਦੇ ਵਿਆਹ ਤੋਂ ਖੁਸ਼ ਹੀ ਨਹੀਂ ਹੈਗਾ। ਬੇਬੇ ਨਹੀਂ ਲੱਗਦਾ ਇਹਦਾ ਵਿਆਹ ਧੱਕੇ ਨਾਲ ਕੀਤਾ, ਤਾਂ ਹੀ ਮੇਰੇ ਨਾਲ ਆਹ ਕੁਛ ਹੋ ਰਿਹਾ। ਆਏ ਕਿਉਂ ਬੈਠੇ, ਇੱਥੇ ਚਾਹ ਤੂੰ ਨਹੀਂ ਪੀਤੀ, ਰਾਤ ਵਾਲੀ ਗੱਲ ਯਾਦ ਆ ਗਈ ਤੇਰੀ। ਬੇਬੇ ਤੂੰ ਮੈਨੂੰ ਇੱਕ ਗੱਲ ਦੱਸ, ਜੱਗੀ ਇਸ ਵਿਆਹ ਤੋਂ ਖੁਸ਼ ਨਹੀਂ ਹੈਗਾ, ਤੁਸੀਂ ਉਹਦਾ ਵਿਆਹ ਮੇਰੇ ਨਾਲ ਧੱਕੇ ਨਾਲ ਕੀਤਾ। ਪੁੱਤ ਤੈਨੂੰ ਸੱਚਵਾਂ ਹੀ ਦੱਸਦੀ ਹਾਂ, ਤੇਥੋਂ ਕਿਹੜਾ ਉੱਲਾ ਹੈਗਾ। ਬੇਬੇ ਮੈਨੂੰ ਸਾਫ ਸਾਫ ਦੱਸ ਕੀ ਗੱਲ ਆ ਗਈ, ਕਿਉਂ ਗੱਲਾਂ ਗੋਲ ਮੋਲ ਜਿਹੀਆਂ ਕਰੀ ਜਾਂਦੀ ਹੈ ਤੂੰ। ਪੁੱਤ ਇਹ ਕਾਲਜ ਪੜ੍ਹਦਾ ਸੀ, ਇੱਕ ਕੁੜੀ ਸੀਗੀ, ਇਹਨੂੰ ਲੁੱਟ ਖੁੱਟ ਕੇ ਲੈ ਗਈ, ਕਦੇ ਕੁਛ ਲੈ ਗਈ ਕਦੇ ਕੁਛ ਲੈ ਗਈ, ਆਪ ਸੋਫਤੀ ਪੱਤੇ ਉਡਾ ਗਈ, ਜਹਾਜ਼ ਚੜ੍ਹ ਗਈ, ਤਾਂ ਉਹਦੇ ਗਮ 'ਚ ਬੌਲਾ ਹੋ ਰਿਹਾ। ਅੱਛਾ ਬੇਬੇ ਚੱਲ ਕੋਈ ਨਾ, ਮੈਂ ਸਮਝਾਉਂਗੀ ਉਹਨੂੰ। ਅਸੀਂ ਤਾਂ ਮੈਂ ਕਹਿੰਦੀ ਪੁੱਤ ਤੁਹਾਡਾ ਪਿਆਰ ਪਊਗਾ, ਹੱਸੋ ਖੇਡੋਗੇ, ਹੈਂ ਸਾਰਾ ਸੱਚ ਤਾਂ ਤੈਨੂੰ ਪਤਾ ਲੱਗ ਜੂਗਾ, ਇਹ ਸਮਝ ਜੂਗਾ ਆਪ ਹੀ। ਕੋਈ ਨਾ ਬੇਬੇ ਮੈਂ ਆਪੇ ਗੱਲਾਂ 'ਚ ਲਾ ਕੇ ਇਹਨੂੰ ਸਾਰੀ ਗੱਲ ਪੁੱਛ ਕੇ ਸਮਝਾ ਦੂੰਗੀ, ਤੂੰ ਟੈਨਸ਼ਨ ਨਾ ਲੈ। ਅਸੀਂ ਤਾਂ ਸਿਆਣੀ ਜੀ ਕਹਿੰਦੀ ਪੁੱਤ ਤੂੰ ਸਿਆਣੀ ਬਣ ਕੇ ਰਹੀ, ਤੈਨੂੰ ਕਾਸੇ ਦੀ ਸੋਚ ਨਹੀਂ ਰਹਿਣੀ ਪੁੱਤ। ਕੋਈ ਨਾ ਬੇਬੇ ਤੁਹਾਡੀ ਚਾਹ ਬਣਾਈ ਪਈ ਹੈਗੀ, ਪੀ ਲਓ ਜਾ ਕੇ। ਨਹੀਂ ਮੇਰੀ ਸਿਆਣੀ ਜੀ ਕਿੱਡੀ ਹੈਗੀ। ਦੇਖ ਲਾ ਬੁੱਥਲ ਤਾਂ ਦੇਖ ਲਾ ਹਜੇ ਕਿਵੇਂ ਕਰਕੇ ਹੈਗਾ, ਹੋ ਗਿਆ ਟਾਈਮ ਤੇਰਾ ਉੱਠਣ ਦਾ, ਨਾ ਰਾਤ ਵਾਲੇ ਲੱਛਣ ਕੀ ਕਰ ਦਿੱਤੀ ਤੂੰ। ਬੇਬੇ ਗਲਤੀ ਹੋ ਗਈ, ਰਾਤ ਜ਼ਿਆਦਾ ਬੀਤੀ ਗਈ, ਉਹ ਮਾਹੀ ਕੋਲ ਬੈਠਾ ਸੀਗਾ, ਉਹਨੇ ਮੇਰੀ ਬੇਇੱਜ਼ਤੀ ਜੀ ਕਰਤੀ, ਗੁੱਸੇ ਗੁੱਸੇ 'ਚ ਵੱਧ ਪੀਤੀ ਗਈ ਮੈਂ। ਕਾਹਦਾ ਗੁੱਸਾ ਤੀ ਤੈਨੂੰ, ਤੈਨੂੰ ਪਤਾ
ਉਹ ਕੁੜੀ ਵਿਚਾਰੀ ਕਿਵੇਂ ਕਰਦੀ ਸੀਗੀ ਵੀ ਉਹ ਤਾਂ ਉਹੀ ਚੰਗੀ ਸੀ ਨਹੀਂ ਆਗਲੀ ਫੱਟ ਦੇਣੇ ਖੂਨ ਮਾਰ ਦਿੱਤੀ ਕਰੀ ਕਰਾਈ ਤੇ ਖੇਹ ਪਾਤੀ ਤੀ ਮੇਰੀ ਤਾਂ ਚੱਲ ਬੇਬੇ ਕੋਈ ਨਾ ਮੈਂ ਤਾਂ ਮਾਫ਼ੀ ਮੰਗ ਲੂੰਗਾ ਕੱਲ੍ਹ ਤਾਂ ਤੇਰੀ ਸਹੀ ਹੈ ਜੇ ਕੋਈ ਹੋਰ ਹੁੰਦੀ ਸਿੱਧੀ ਪੇਕੇ ਫੋਨ ਕਰਦੀ ਅਤੇ ਆਪਣਾ ਤੈਨੂੰ ਸਾਡੇ ਨਿਕਲਦਾ ਨਾਲੇ ਇਹਨਾਂ ਨੇ 10 ਲੱਖ ਹੀ ਦਿੱਤਾ ਆਪਾਂ ਨੂੰ ਬਾਕੀ ਦੇ ਰਹਿੰਦੇ ਪੈਸੇ ਹੋ ਗਏ ਆਪਣੇ ਹੱਥੋਂ ਜਾਂਦੇ ਤਾਂ ਫਿਕਰ ਨਾ ਕਰ ਤੂੰ ਚੁੱਪ ਕਰ ਜਾ ਕੇ ਉਹ ਤੋਂ ਮਾਫ਼ੀ ਮੰਗ ਲਾ ਸੁਣ ਗਿਆ ਠੀਕ ਹੈ ਚੰਗਾ ਜਾਂਦਾ ਸਿਮਰਨ ਹਾਂਜੀ ਤੇਰੇ ਵਾਲ ਬਹੁਤ ਸੋਹਣੇ ਨੇ ਥੈਂਕ ਯੂ ਚਾਹ ਪੀ ਲਈ ਤੁਸੀਂ ਹਾਂ ਚਾਹ ਤਾਂ ਮੈਂ ਪੀ ਲਈ ਸਿਮਰਨ ਹਾਂਜੀ ਯਾਰ ਮੈਂ ਤੇਰੇ ਤੋਂ ਸੋਰੀ ਮੰਗਣਾ ਚਾਹੁੰਦਾ ਰਾਤ ਨਾਲ ਮੈਂ ਤੇਰੇ ਨਾਲ ਬਹੁਤ ਮਿਸਬਿਹੇਵ ਕੀਤਾ ਯਾਰ ਮੈਨੂੰ ਐਂ ਨਹੀਂ ਕਰਨਾ ਚਾਹੀਦਾ ਸੀ ਤੈਨੂੰ ਪਤਾ ਟੈਨਸ਼ਨ ਵਾਲੀ ਪੈ ਰਹੀ ਸੀ ਦਿਮਾਗ 'ਤੇ ਰਾਤ ਯਾਰ ਜਦੋਂ ਦੀ ਮੈਨੂੰ ਪ੍ਰਿੰਕਾ ਛੱਡ ਕੇ ਗਈ ਹੈ ਨਾ ਹੋ ਜਾਂਦਾ ਮੈਨੂੰ ਕਦੇ ਕਦੇ ਐਵੇਂ ਉਹਨੇ ਮੇਰਾ ਧੋਖਾ ਹੀ ਐਡਾ ਵੱਡਾ ਕੀਤਾ ਸੋਰੀ ਯਾਰ ਚੱਲ ਕੋਈ ਨਾ ਫਿਰ ਕੀ ਆ ਤੁਸੀਂ ਮੇਰਾ ਕੁਛ ਲੱਗਦੇ ਨਹੀਂ ਜੇ ਮੈਨੂੰ 4 ਗੱਲਾਂ ਬੋਲਦੀ ਆ ਮੈਂ ਤੁਹਾਡੀ ਗੱਲ ਦਾ ਗੁੱਸਾ ਨਹੀਂ ਕਰਦੀ ਨਾਲੇ ਅੱਗ ਲੱਗੀ ਪ੍ਰਿੰਕਾ ਨੂੰ ਅੱਜ ਤੋਂ ਬਾਅਦ ਤੁਸੀਂ ਉਹਨੂੰ ਯਾਦ ਨਹੀਂ ਕਰਨਾ ਠੀਕ ਆ ਥੈਂਕ ਯੂ ਯਾਰ ਮੈਨੂੰ ਸਮਝ ਨਹੀਂ ਕੀ ਹੋ ਗਿਆ ਕਿਹਦਾ ਫੋਨ ਸੀ ਨਹੀਂ ਜੀ ਕਿਸੇ ਦਾ ਨਹੀਂ ਨਹੀਂ ਚੱਕ ਲੱਗੀ ਦਾ ਫੋਨ ਆ ਸੀਰਤ ਦਾ ਅੱਛਾ ਲੈ ਕਮਲੀ ਫਿਰ ਫੋਨ ਕਾਹਤੋਂ ਕੱਟੀ ਜਾਂਦੀ ਆ ਤੂੰ ਕਰ ਲੈ ਗੱਲ ਨਾਲੇ 2 ਗੱਲਾਂ ਮੈਂ ਕਰ ਲੂੰਗਾ ਹੈਲੋ ਹਾਂ ਸੀਰਤ ਕਿਵੇਂ ਆ ਹਾਂ ਦੀਦੀ ਮੈਂ ਤਾਂ ਠੀਕ ਨਹੀਂ ਹੈਗੀ ਕਿਉਂ ਕੀ ਹੋਇਆ ਭੈਣੇ ਸੱਚੀ ਦੱਸਾਂ ਮੇਰਾ ਤਾਂ ਨਾ ਤੇਰੇ ਬਿਨਾਂ ਜੀਉ ਹੀ ਨਹੀਂ ਲੱਗਦਾ ਹੈਗਾ ਲੈ ਕਹਿੰਦੀ ਜੀ ਨਹੀਂ ਲੱਗਦਾ ਫਿਰ ਤੂੰ ਮੇਰੇ ਕੋਲ ਆ ਜਾ ਹਾਂ ਹਾਂ ਆ ਜੂੰਗੀ ਕੋਈ ਗੱਲ ਨਹੀਂ ਤੂੰ ਦੁਖੀ ਜਗ੍ਹਾ ਤੂੰ ਆ ਮੇਰੀ ਗੱਲ ਕਰਾਂ ਹੈਲੋ ਲੈ ਹੈ ਕਮਲੀ ਉਹ ਟੈਨਸ਼ਨ ਕਾਹਦੇ ਵਾਸਤੇ ਲੈਣੀ ਆ ਜੇ ਬੜਾ ਜੀ ਕਰਦਾ ਮਿਲਣ ਨੂੰ ਤੂੰ ਆ ਜਾ ਇੱਥੇ ਮਿਲ ਜਾ ਆਪਦੀ ਭੈਣ ਨੂੰ ਚਾਹੇ 2 ਦਿਨ ਲਾ ਚਾਹੇ 4 ਦਿਨ ਚਾਹੇ ਭਾਵੇਂ ਸਾਰੀ ਉਮਰ ਹੈ ਮੇਰੇ ਕੋਲ ਤੇਰੇ ਜੀਜੇ ਨੂੰ ਕੋਈ ਇਤਰਾਜ਼ ਨਹੀਂ ਕੋਈ ਨਾ ਜੀਜਾ ਜੀ ਆਵਾਂਗੇ ਜ਼ਰੂਰ ਪਰ ਕੀ ਰਹਿਣਾ ਭੈਣ ਨੂੰ ਲੈ ਜਾਈਏ ਅਸੀਂ ਅੱਛਾ ਨਾ ਆਪਦੇ ਜੀਜੇ ਨੂੰ ਇੰਨਾ ਮਾੜਾ ਸਮਝਿਆ ਤੁਸੀਂ ਆਪਦੀ ਭੈਣ ਨੂੰ ਲੈਣ ਆ ਰਹੇ ਹੋ ਹੈ ਮੈਨੂੰ ਇਕੱਲੇ ਨੂੰ ਛੱਡ ਕੇ ਜਾਣਾ ਇੱਥੇ ਲੈ ਦੱਸ ਕੋਈ ਨਾ ਜੀਜਾ ਜੀ ਤੁਸੀਂ ਵੀ ਜਦੋਂ ਮਰਜ਼ੀ ਆਓ ਜੀ ਸੱਦ ਕੇ ਤੁਸੀਂ ਖੇਚਲ ਨਾ ਕਰੋ ਮੈਂ ਕਰਦਾ ਮੈਂ ਛੱਡ ਜਾਂਦਾ ਉਰੇ ਆ ਕੇ ਨਾਲੇ 2 ਦਿਨ ਮੈਂ ਲਾ ਜੂੰਗਾ ਉਰੇ ਜੀ ਜ਼ਰੂਰ ਫਿਰ ਤੁਸੀਂ ਆ ਜਾਓ ਮੈਂ ਹੀ ਲੈ ਕੇ ਆਉਣਾ ਚੱਲ ਤੁਸੀਂ ਫਿਕਰ ਨਾ ਕਰੋ ਠੀਕ ਹੈ ਸਿਮਰਨ ਹਾਂਜੀ ਯਾਰ ਤੈਨੂੰ ਕੋਈ ਇਤਰਾਜ਼ ਤਾਂ ਨਹੀਂ ਮੈਂ 2-4 ਦਿਨ ਲਾਇਆ ਮੈਂ ਉੱਥੇ ਲੈ ਜੀ ਮੈਨੂੰ ਕੀ ਇਤਰਾਜ਼ ਹੈ ਸੁਮਨ ਦੀ ਮੈਨੂੰ ਤਾਂ ਖੁਸ਼ੀ ਆ ਨਾਲੇ ਸਾਰਿਆਂ ਨੂੰ ਮਿਲੇ ਆਉਂਗੇ ਸਾਰੇ ਬਾਰੇ ਜਾਣ ਪਛਾਣ ਹੋ ਜੂਗੀ ਅਤੇ ਤੁਸੀਂ ਤਿਆਰ ਹੋ ਜਾਓ ਚੱਲਦੇ ਆਪਾਂ ਹਾਂ ਤੂੰ ਐਂ ਕਰ ਸਮਾਨ ਪੈਕ ਕਰ ਮੈਂ ਤਿਆਰ ਹੁੰਦਾ ਹਾਂਜੀ ਠੀਕ ਆ ਸ਼ੁਕਰ ਆ ਰੱਬ ਦਾ ਅੱਜ ਦਾ ਥੋੜ੍ਹਾ ਜਿਹਾ ਮੂਡ ਸੈੱਟ ਲੱਗਦਾ ਚੱਲ ਪਿੰਡ ਜਾਣਗੇ ਹੋਰ ਵੀ ਸੈੱਟ ਹੋ ਜਾਣਗੇ ਸ਼ੁਕਰ ਆ ਰੱਬ ਦਾ ਵਧੀਆ ਮੌਕਾ ਮੈਨੇ 4 ਦਿਨ ਸੀਰਤ ਕੋਲ ਲਾ ਕੇ ਆਊਂਗਾ ਇਹ ਤਾਂ ਭੋਲੀ ਹੈ ਇਹਦੀ ਭੈਣ ਨੂੰ ਕਰਦਾ ਸੈੱਟ ਜਾ ਕੇ ਚੁੱਪ ਕਰਕੇ ਬਹਿ ਜਾ ਤੂੰ ਛੱਡ ਕੇ ਛੇਤੀ ਆ ਜੀ ਬੇਬੇ ਜਾ ਆਉਂਦੇ ਉਹ 2 ਦਿਨ ਕਰਾ ਲੈਣਗੇ ਸੇਵਾ ਸਹੁਰਿਆਂ ਤੋਂ ਬੇ ਸੇਵਾ ਕਰਾਉਂਦਾ ਕਰਾਉਂਦਾ ਨਾ ਕਿਤੇ ਛਿੱਤਰ ਖਾ ਕੇ ਨਾ ਬਹੀ ਉਹਨਾਂ ਤੋਂ ਬੇਬੇ
ਤੂੰ ਤਾਂ ਮੈਨੂੰ ਜਮੀ ਪਾਗਲ ਸਮਝਦੀ ਹੈ। ਮੈਨੂੰ ਸਭ ਪਤਾ ਕੀ ਸਹੀ ਹੈ ਕੀ ਗਲਤ ਹੈ, ਫਿਕਰ ਨਾ ਕਰ ਤੂੰ ਐਵੇਂ। ਜਾਣਾ ਤਾਂ ਹੈਗਾ, ਮੈਂ ਤਾਂ ਇਹ ਕਹਿੰਦੀ ਹਾਂ ਵੀ ਉਹ ਜ਼ਮੀਨ ਦੇ ਪੈਸੇ ਦੇ ਆਈਏ। ਪਰ ਬੇਬੇ ਉਹਨਾਂ ਨੇ ਤਾਂ ਆਪਣਾ 8 ਲੱਖ ਦਿੱਤਾ ਹਲੇ। 2 ਲੱਖ ਮੇਰੇ ਕੋਲ ਪਿਆ, ਜਾ ਕੇ ਉਹਨਾਂ ਦੇ ਮੱਥੇ ਨਾਲ ਮਾਰੀਏ। ਗੱਲ ਤਾਂ ਤੇਰੀ ਠੀਕ ਹੈ, ਨਾਲੇ ਜਿਹੜੇ ਪੈਸੇ ਰਹਿੰਦੇ ਨੇ ਅੰਬਾ ਨੇ ਉਹਦੀ ਵੀ ਗੱਲ ਕਰ ਲੂੰਗਾ ਇਹਨਾਂ ਨਾਲ। ਚੱਲ ਹੁਣ ਤਾਂ ਜਾਣ ਦੇ ਮੈਨੂੰ। ਬੇ ਰੁਕ ਜਾ, ਵਿਆਹ ਕਰੀ, ਉਹਨਾਂ ਨੂੰ ਗੱਡੀ ਨੂੰ ਕਹਿ ਦੇ, ਲੈ ਆਪਣਾ ਸਾਧਨ ਬਣ ਜੂਗਾ। ਗੱਲ ਤਾਂ ਤੇਰੀ ਠੀਕ ਹੈ ਬੇਬੇ, ਜਿਹੜੇ ਪੈਸੇ ਰਹਿੰਦੇ ਨੇ ਆਪਾਂ ਉਹਨਾਂ ਹੀ ਕਹਿ ਦਾਂਗੇ, ਸਾਨੂੰ ਤਾਂ ਗੱਡੀ ਲੈ ਕੇ ਦੇ ਦਿਉ, ਇਹ 2 ਲੱਖ ਵਿੱਚ ਹੋਰ ਪਾ ਕੇ ਵਧੀਆ ਸਾਧਨ ਬਣ ਜੂ ਆਪਣਾ, ਆਪ ਹੀ ਲੈ ਕੇ ਦੇਣਗੇ। ਜਾਣਾ ਮੈਂ, ਵਧੀਆ ਤਾਂ ਬਾਲੇ ਟਾਈਮ ਲਾਉਂਦਾ, ਕੀ ਕਰੀ ਜਾਂਦੀ ਹੈ। ਸਿਮਰਨ ਉਹ ਆ ਜਾ ਯਾਰ। ਹਾਂਜੀ ਆ ਗਈ, ਚਲੋ ਚੱਲੀਏ। ਚਲ ਉਰੇ ਪੁੱਤ। ਹਾਂ ਬੇਬੇ, ਮੈਂ ਤਾਂ ਕਹੀ ਨਾ ਮੇਰੀ ਬੀਬੀ ਕੀ ਕਹਿੰਦੀ ਹੈ, ਆ ਪੁੱਤ ਸਿਉਣੇ ਤੋਂ ਟੂਮਾ ਬਾਹਰ ਅੰਦਰ ਨਹੀਂ ਪਾਇਆ ਕਰਦੇ, ਤੈਨੂੰ ਪਤਾ ਬਥੇਰਾ ਚੋਰੀ ਡਿਓਰੀ ਆ ਗਈ, ਤੂੰ ਘਰੇ ਰੱਖ ਜਾ। ਮੈਨੂੰ ਤਾਂ ਘਰੇ ਵੀ ਡਰ ਲੱਗਦਾ, ਮੈਨੂੰ ਤਾਂ ਐਂ ਹੋ ਰਿਹਾ ਵਿਚਾਰਾ ਪਰੇ ਮੁੰਡੇ ਨੂੰ ਕਹਿੰਦੇ ਵੀ ਬੈਂਕ 'ਚ ਰੱਖਿਆ ਹੀ। ਹਾਂ ਸਿਮਰਨ ਬੇਬੇ ਦੀ ਗੱਲ ਸਹੀ ਹੈ, ਅੱਜ ਕੱਲ੍ਹ ਟਾਈਮ ਨਹੀਂ ਹੈਗਾ। ਠੀਕ ਹੈ ਬੇਬੇ, ਜਿਵੇਂ ਤੂੰ ਕਹਿੰਦੀ ਆ ਆ ਲੈ। ਲੋਈ ਨਾਲੇ ਤੂੰ ਐਂ ਕਰ, ਆ ਸੁਣੀ ਜਾਂਦੀ ਵੀ ਚੰਗੀ ਨਹੀਂ ਲੱਗਦੀ, ਜਿਹੜੇ ਆਰਟੀਫਿਸ਼ਲ ਜਿਹੇ ਨੇ ਉਹ ਤਾਂ ਪਾਇਆ। ਠੀਕ ਹੈ ਜੀ, ਪਾਇਆ ਨਹੀਂ ਹੈ। ਅੱਛੇ ਦੀ ਆ ਬੇਬੇ, ਸਾਹਮਣੇ ਜਾ ਕੇ ਸਾਹਮਣੇ। ਲੈ ਮੇਰੀ ਧੀ ਆ ਗਈ ਸਿਮਰਨ। ਸਤਿ ਸ਼੍ਰੀ ਅਕਾਲ ਬਾਪੂ। ਸਤਿ ਸ਼੍ਰੀ ਅਕਾਲ ਪੁੱਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ। ਸਤਿ ਸ਼੍ਰੀ ਅਕਾਲ। ਹੋਰ ਪੁੱਤ, ਤੇਰੀ ਬੇਬੇ ਕਿਵੇਂ ਠੀਕ ਠਾਕ ਸੀ? ਹਾਂਜੀ ਠੀਕ ਹੈ ਸਰ। ਬੈਠੋ ਪੁੱਤਰ, ਪਾਣੀ ਲੈ ਕੇ ਆ। ਸੀਰਤ ਹੋਰ ਠੀਕ ਆ ਬਾਪੂ ਤੂੰ? ਹਾਂ ਪੁੱਤ, ਮੈਂ ਬੜਾ ਵਧੀਆ ਠੀਕ ਆ। ਉਹ ਬਸ ਤੇਰਾ ਤਾਇਆ ਢਿੱਲਾ ਹੋ ਰਿਹਾ ਪੁੱਤ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ, ਹੋਰ ਕਿਵੇਂ? ਵਧੀਆ। ਸਤਿ ਸ਼੍ਰੀ ਅਕਾਲ ਜੀਜਾ ਜੀ। ਸਤਿ ਸ਼੍ਰੀ ਅਕਾਲ। ਆ ਲਓ ਪਾਣੀ। ਐ ਸੀ ਪੁੱਤ, ਉਹ ਤੇਰਾ ਤਾਇਆ ਢਿੱਲਾ ਜਿਹਾ ਹੋ ਰਿਹਾ। ਕੀ ਹੋ ਗਿਆ ਬਾਪੂ? ਬਸ ਉਹੀ ਮਾੜੀ ਤਵੀਜ ਹੀ ਖਰਾਬ ਆ, ਮੈਂ ਉਹਦਾ ਪਤਾ ਲਿਆਵਾਂ। ਹੈ ਤੁਸੀਂ ਚਾਹ ਪਾਣੀ ਪੀਓ। ਠੀਕ ਆ ਠੀਕ ਹੈ ਬਾਪੂ, ਟਾਈਮ ਨਾਲ ਮੁੜੇ। ਹਾਂ ਆਜ ਪਤਾ, ਵੈਸੇ ਤਾਂ ਮੈਂ ਉਰੀਆਂ 4-5 ਦਿਨ ਲਾ ਕੇ ਜਾਵਾਂਗੇ। ਬਸ ਠੀਕ ਆ, ਪਰੋਣਾ ਵੀ ਰਹੂਗਾ? ਹਾਂ ਰਹੂਗਾ। ਚਲ ਠੀਕ ਹੈ ਠੀਕ ਹੈ, ਤੁਸੀਂ ਬੈਠੋ, ਮੈਂ ਚਾਹ ਲੈ ਕੇ ਆਉਣੀ ਆ। ਖੜ ਜਾ, ਬਨਾਲੀ ਚਾਹ ਕੋਈ ਨਾ, ਮੇਰੇ ਕੋਲ ਹੀ ਬਹਿ ਜਾ ਕਰ 2 ਮਿੰਟ, ਜਦੋਂ ਵੀ ਆਉਣਾ ਤੇ ਭੱਜੀ ਜਾਣੀ ਹੈ। ਹਾਂ ਸੀਰਤ, ਸਹੀ ਕਹਿੰਦਾ ਤੇਰੇ ਜੀਜਾ, ਬਹਿ ਜਾ 2 ਮਿੰਟ ਸਾਡੇ ਕੋਲੇ, ਫਿਰ ਬਣਾ ਲਾਂਗੇ ਚਾਹ। ਬਹਿ ਜਾ, ਤੇਰੀ ਭੈਣ ਬਣਾ ਲਓ ਚਾਹ ਤਾਂ ਕੋਈ ਨਾ, ਜਾ ਤੂੰ ਬਣਾ ਲੈ ਚਾਹ ਜਾ ਕੇ। ਹਾਂਜੀ ਬਣਾ ਲਿਆ ਨੇ। ਪਰ ਜੀਜਾ ਜੀ ਭਾਂਡੇ ਵੀ ਮਾਂਜਣ ਵਾਲੇ ਪਏ ਆ, ਮੈਂ ਉਹ ਮਾਂਜ ਕੇ ਨਾ ਬਸ ਹੁਣ ਹੀ ਆਉਣੀ ਆ, ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਉਹ ਕੋਈ ਗੱਲ ਨਹੀਂ, ਭਾਂਡੇ ਮਾਂਜੇ ਜਾਣਗੇ। ਆ ਤੇਰੀ ਭੈਣ ਮਾਂਜ ਦੂ ਭਾਂਡੇ ਕੋਈ ਨਾ, ਇਹ ਘਰ ਇਹਦਾ ਵੀ ਤਾਂ ਹੈਗਾ, ਨਾਲੇ ਪਹਿਲਾਂ ਇੱਥੋਂ ਹੀ ਗਈ ਆ ਕੰਮ ਕਰ ਕਰਕੇ। ਹਾਂ ਸੀਰਤ, ਕੋਈ ਨਾ ਤੂੰ ਬਹਿ ਜਾ ਤੇਰੇ ਜੀਜੇ ਕੋਲੇ, ਮੈਂ ਧੋ ਆਉਣੀ ਆ ਭਾਂਡੇ, ਲੈ ਫੜਾ ਵੀ ਧੋ ਆ। ਠੀਕ ਆ ਭੈਣੇ। ਹੋਰ ਫਿਰ ਠੀਕ ਰਹਿੰਦੀ ਆ? ਹਾਂਜੀ ਜੀਜਾ ਜੀ ਵਧੀਆ। ਹਾਂ ਜੀਜੇ ਨੂੰ ਵੀ ਯਾਦ ਕਰ ਲਿਆ ਕਰ, ਕਦੇ ਫੋਨ ਫੋਨ ਹੀ ਕਰ ਲਿਆ ਕਰ। ਬਾ ਜੀਜਾ ਜੀ ਸਟੱਡੀ 'ਚ ਟਾਈਮ ਹੀ ਨਹੀਂ ਮਿਲਦਾ ਹੈਗਾ। ਇੱਕ ਮਿੰਟ, ਫੋਨ ਵੱਜੀ ਜਾਂਦਾ। ਇੱਕ ਮਿੰਟ, ਹੈਲੋ। ਹਾਂ ਹਾਂ ਉਹ ਮੈਂ ਗਿਆ ਹੋਇਆ, 4 ਦਿਨਾਂ ਤੱਕ ਆਊਂਗਾ ਯਾਰ, ਤੁਸੀਂ ਕਰ ਲਓ ਕੋਈ ਨਹੀਂ ਬਾਕੀ ਕੰਮ। ਚੰਗਾ
ਕੀ ਗੱਲ ਬੁਆਏਫ੍ਰੈਂਡ ਨਾਲ ਚੈਟ ਕਰਦੇ ਹੋ? ਨਹੀਂ ਨਹੀਂ ਜੀਜਾ ਜੀ, ਉਹ ਤਾਂ ਮੇਰੀ ਸਹੇਲੀ ਆ, ਉਹਨਾਂ ਬਸ ਐਵੇਂ ਮੈਨੂੰ ਫੋਟੋਆਂ ਭੇਜਦੀ ਰਹਿੰਦੀ ਆ ਜਿੱਥੇ ਵੀ ਜਾਂਦੀ ਆ, ਉਹਦੇ ਨਾਲ ਚੈਟ ਕਰ ਰਹੀ ਸੀ ਕਮਲੀ ਜੀ ਬਸ ਐਵੇਂ। ਅੱਛਾ, ਮੈਂ ਵੀ ਕਹਾ ਵੀ ਐਡੀ ਦਲੇਰ ਕੁੜੀ ਉਹਦੇ ਜੇ ਸਾਹਮਣੇ ਚੈਟ ਕਰੀ ਜਾਂਦੀ ਹੈ। ਨਹੀਂ ਨਹੀਂ ਜੀਜਾ ਜੀ, ਮੈਂ ਤਾਂ ਕੰਮਾਂ ਤੋਂ ਨਾ ਬੜੀ ਦੂਰ ਹਾਂ, ਮੇਰੇ ਤਾਂ ਸਿਰਫ ਆਪਣੀ ਸਟੱਡੀ 'ਤੇ ਧਿਆਨ ਆ ਅਤੇ ਸਰਕਾਰੀ ਜੋਬ ਲੱਗਣ 'ਤੇ ਬਸ। ਅੱਛਾ, ਬਹੁਤ ਚੰਗੀ ਗੱਲ ਆ, ਜੇ ਮੇਰੀ ਗੱਲ ਮੰਨੇ 4-5 ਸਾਲ ਵਿਆਹ ਹੀ ਨਾ ਕਰੇ, ਇੰਜੋਏ ਕਰਾ ਤੂੰ ਲਾਈਫ ਨੂੰ, ਇੰਜੋਏ। ਇਹ ਵਿਆਹ ਦਾ ਇੱਕ ਸੁਪਨਾ ਹੋਇਆ, ਇਹਦੇ ਕਰੀਬ ਆਉਣ ਦਾ ਮੌਕਾ ਵੀ ਮਿਲ ਗਿਆ। ਚੀਜ਼ਾਂ ਜੀ ਚੀਜ਼ਾਂ ਜੀ ਕਰਦੀ ਹੂੰ, ਇਹਨੂੰ ਜਾਣ ਜਾਣ ਦਾ ਮਾਂ ਪੇ ਕਹਿਣ ਲੱਗ ਪਈ। ਬੇ ਮੁੰਡਿਆ, ਪਾਣੀ ਲਿਆਉਣੀ ਆ, ਚਲੋ। ਆਹੋ ਬੇਬੇ, ਆਹ ਕਾਹਲੀ ਕਰਨ ਲੱਗ ਗਈ, ਇਹਦੇ ਕਰਕੇ ਆ ਗਏ। ਕੋਈ ਨੀ, ਤੂੰ ਜਾ ਕੇ ਕੰਮ ਕਰ ਲਾ। ਬਸ ਯਾਰ, ਪੀਤਾ ਹੋਇਆ ਪਾਣੀ, ਤੈਨੂੰ ਜ਼ਿਆਦਾ ਕਾਹਲ ਸੀ ਉੱਥੋਂ ਆਉਣ ਦੀ? ਕਰੀਗੀ ਉੱਥੇ ਚੱਲਦਿਆਂ, ਘਰੇ ਚੱਲਦਿਆਂ ਸਾਰੇ ਉੱਥੇ ਜਲੂਸ ਕੱਢਤਾ ਮੇਰਾ ਜੀ। ਫਿਰ ਆਪਾਂ ਕਿੰਨੇ ਕੁ ਦਿਨ ਉੱਥੇ ਬੈਠੇ ਰਹਿੰਦੇ, ਘਰੇ ਨਹੀਂ ਸੀ ਆਉਣਾ, ਬੇਬੇ ਇਕੱਲੀ ਸੀ ਘਰੇ। ਅੱਛਾ, ਹੁਣ ਤੈਨੂੰ ਬੇਬੇ ਦੀ ਜ਼ਿਆਦਾ ਫਿਕਰ ਹੋ ਗਈ, ਮਾਂ ਤਾਂ ਮੇਰੀ ਆ ਉਹ, ਮੈਨੂੰ ਵੀ ਫਿਕਰ ਹੈ ਮੇਰੀ ਮਾਂ ਦੀ। ਬੇਬੇ ਗੱਲੀ ਕਰੇ ਸੀ, ਫਿਰ ਐਵੇਂ ਉੱਥੇ ਬੈਠੇ ਸੋਹਣੇ ਮਹੀਨੇ ਲੱਗਦੇ ਇੰਨੇ ਦਿਨ? ਤੂੰ ਬਕਵਾਸ ਨਾ ਕਰ, ਸਭ ਜਾਣਦਾ ਮੈਂ। ਨਾ ਜੀ, ਤੁਹਾਨੂੰ ਪਤਾ ਹੀ ਆ, ਫਿਰ ਤੁਹਾਨੂੰ ਆਹ ਹਰਕਤਾਂ ਕਰਨ ਦੀ ਕੀ ਲੋੜ ਸੀਗੀ ਉੱਥੇ? ਬੁਰਾ ਤਾਂ ਮੈਨੂੰ ਵੀ ਲੱਗੂਗਾ ਜਦੋਂ ਮੇਰੇ ਸਾਹਮਣੇ ਤੁਸੀਂ ਮੇਰੀ ਭੈਣ ਦੀ ਬਾਂਹ ਫੜਦੇ ਹੋ। ਜੇ ਇਹੀ ਹਰਕਤ ਤੁਹਾਡੀ ਵੀਰਾ ਜਾਂ ਡੈਡੀ ਨੇ ਦੇਖੀ ਹੁੰਦੀ, ਕਿਹਦੀ ਇੱਜ਼ਤ ਖਰਾਬ ਹੁੰਦੀ ਸੀ ਉੱਥੇ? ਤੂੰ ਜ਼ਿਆਦਾ ਨਾ ਬੋਲ। ਅੱਛਾ, ਤੈਨੂੰ ਸਭ ਸੱਚ ਪਤਾ ਲੱਗ ਗਈ ਹੈ, ਜੇ ਲੱਗ ਗਿਆ ਨਾ ਪਤਾ ਤਾਂ ਮੇਰੀ ਵੀ ਸੁਣ ਲਾ। ਮੈਂ ਤੇਰੀ ਭੈਣ ਨੂੰ ਪਸੰਦ ਕਰਦਾ ਸੀ, ਉਹਦੇ ਨਾਲ ਵਿਆਹ ਕਰਾਉਣਾ ਸੀ ਮੈਂ, ਤੂੰ ਪਤਾ ਨਹੀਂ ਕਿੱਥੋਂ ਮੇਰੇ ਗੱਲ ਪਾਤੀ। ਧੱਕੇ ਨਾਲ ਨਹੀਂ ਗੱਲ ਪਈ ਜੀ, ਮੈਂ ਤੁਹਾਡੇ ਮੇਰੇ ਨਾਲ ਵਿਆਹ ਕਰਾਉਣ ਦਾ ਤੁਸੀਂ 20 ਲੱਖ ਰੁਪਇਆ ਲਿਆ ਗਾ, ਨਾਲੇ ਤਾਂ ਸਾਡਾ ਘਰ ਖਾਲੀ ਕਰਤਾ, ਨਾਲੇ ਤੁਸੀਂ ਆਹ ਹਰਕਤਾਂ ਕਰਦੇ ਹੋ। ਦਿਮਾਗ ਨਾ ਖਰਾਬ ਕਰ ਮੇਰਾ, ਜੇ ਕਿਤੇ ਹੋਰ ਨੰਬਰ ਤਾਂ ਕੁਛ ਕਰਾ ਲਈ। ਹੁਣ ਪੁੱਤ ਨੇ ਭਰਿੰਡੀਆਂ ਦਾਲ ਕਰ ਲਾਂਗੇ, ਨਹੀਂ ਪੁੱਤ ਮੈਨੂੰ ਇਹ ਦੱਸ
ਆ ਰੌਲਾ ਜਿਹਾ ਕਦੋਂ ਬਾਹਰ ਕਹਿੰਦੇ ਉੱਚੇ ਉੱਚੇ ਬੋਲਣ ਲੱਗ ਰਹੇ ਸੀਗੇ। ਬੇਬੇ ਪੁੱਤ ਮੇਰੀ ਗੱਲ ਸੁਣ, ਇਹਦੀ ਗੱਲ ਦਾ ਗੁੱਸਾ ਨਾ ਕਰਦਾ, ਇਹ ਤਾਂ ਸਵਾਏ ਆਈ ਹੈਗਾ, ਚੰਗਾ ਪੁੱਤਾ? ਨਾ ਨਾ ਬੇਬੇ, ਗੁੱਸਾ ਕਾਹਦਾ ਕਰਨਾ ਗਾ। ਨਾਲ ਇੱਕ ਗੱਲ ਹੋਰ, ਅੱਜ ਤੋਂ ਬਾਅਦ ਤੈਨੂੰ ਸਿਰਫ ਇਹੀ ਬੋਲਦਾ ਸੁਣੂੰਗਾ, ਮੇਰੇ ਵੱਲੋਂ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੀ ਮੈਂ। ਚੱਲ ਛੱਡ ਇਹ ਗੱਲਾਂ ਨੂੰ, ਤੂੰ ਐਂ ਦੱਸ, ਮੈਂ ਭਰਿੰਡੀਆਂ ਦੀ ਸਬਜ਼ੀ ਚੀਰ ਲਾਂ? ਚੀਰ ਲਾ ਪੁੱਤ। ਸਾਰਾ ਦਿਨ ਸਿਰਾਣੇ ਖੜੀ ਰਹਿੰਦੀ ਆ ਮੇਰੇ, ਕੋਈ ਹੋਰ ਵੀ ਕੰਮ ਧੰਦਾ ਕਰ ਲਿਆ ਕਰ, ਹਾਲੇ ਦਾਲੇ ਫਰੀ ਜਾਂਦੀ ਆ ਮੇਰੇ। ਇਹ ਬੰਦਾ ਮੈਨੂੰ ਤਾਂ ਐਂ ਸੀਗਾ ਵੀ ਸੁਧਰ ਜਾਓ, ਇਹ ਤਾਂ ਦਿਨੋਂ ਦਿਨ ਗੁੱਸੇ 'ਚ ਬੋਲੀ ਜਾਂਦਾ ਰਹਿੰਦਾ। ਸੀਰਤ, ਹੈਲੋ। ਹਾਂ ਠੀਕ ਆ, ਤੂੰ ਦੱਸ ਕਿਵੇਂ ਫੋਨ ਕੀਤਾ? ਮੈਂ? ਹਾਂ ਸੱਚ ਮੈਂ ਹੀ ਕੀਤਾ ਸੀਗਾ। ਉਹ ਪਤਾ ਕੀ ਹੋਇਆ ਸੀਗਾ, ਤੁਸੀਂ ਕੱਲ੍ਹ ਤਾਂ ਫੋਨ ਕਰਕੇ ਨਹੀਂ ਪੁੱਛਿਆ ਹੈਗਾ ਵੀ ਪਹੁੰਚ ਗਏ, ਸਹੀ ਆ ਜਾਂ ਨਹੀਂ ਸਹੀ, ਠੀਕ ਆ। ਫਿਰ ਮੈਂ ਸੋਚਿਆ ਮੈਂ ਚੱਲ ਆਪ ਹੀ ਫੋਨ ਲਾ ਲੈਂਦੀ ਹਾਂ, ਤੁਸੀਂ ਚੱਕਿਆ ਹੀ ਨਹੀਂ ਹੈਗਾ। ਹੋਰ ਘਰੇ ਠੀਕ ਨੇ ਸਾਰੇ? ਚੱਲ ਸੀਰਤ, ਮੈਂ ਤੇਰੇ ਨਾਲ ਬਾਅਦ 'ਚੋਂ ਗੱਲ ਕਰਦੀ ਹਾਂ, ਮੈਂ ਕੰਮ ਜੇ ਨਿਬੜ ਲਾਂ। ਹਾਂ ਠੀਕ ਆ। ਮੈਨੂੰ ਨਹੀਂ ਸੀ ਪਤਾ ਆਹ ਹਰਕਤਾਂ 'ਤੇ ਆਜੂਗਾ ਇਹ, ਹੁਣ ਤਾਂ ਬੇਬੇ ਨਾਲ ਗੱਲ ਕਰਨੀ ਪਊਗੀ। ਮੈਥੋਂ ਬਿਨ ਪੁੱਛੇ ਸੀਰਤ ਨੂੰ ਫੋਨ ਲਈ ਜਾਂਦਾ, ਉਹ ਵੀ ਇੰਨੇ ਵਾਰ। ਪਹਿਲਾਂ ਤਾਂ ਦਿਲ ਕਰਦਾ ਸੀ ਸੀਰਤ ਨੂੰ ਸਾਰਾ ਕੁਛ ਦੱਸਦਾ, ਫਿਰ ਸੋਚਿਆ ਵੀ ਉਹ 'ਤੇ ਕਿਉਂ ਜਵਾਕੜੀ 'ਤੇ ਟੈਨਸ਼ਨ ਪਾਉਣੀ ਆ, ਬੇਬੇ ਨਾਲ ਹੀ ਗੱਲ ਕਰਕੇ ਦੇਖਦੀ ਹਾਂ। ਬੇਬੇ ਆਹ ਕੀ ਕਰੀ ਜਾਂਦੀ ਆ ਤੂੰ, ਇਹ ਤਾਂ ਮੈਂ ਆਪੇ ਕਰ ਲੂੰਗੀ। ਪਹਿਲਾਂ ਤੂੰ ਮੇਰੀ ਇੱਕ ਗੱਲ ਸੁਣ, ਨਾ ਤੂੰ ਆਪਦੇ ਪੁੱਤ ਨੂੰ ਮਾੜਾ ਮੋਟਾ ਸਮਝਾ ਦੇ, ਕਿਉਂ ਸਾਰਾ ਦਿਨ ਘਰ ਜੜਨ ਵਾਲੀਆਂ ਗੱਲਾਂ ਕਰਦਾ ਰਹਿੰਦਾ ਉਹ। ਕੀ ਗੱਲ ਹੋ ਗਈ ਪੁੱਤਾ? ਗੱਲ ਕੀ ਹੋਣੀ ਆ ਬੇਬੇ, ਆ ਬਿਨਾਂ ਗੱਲੋਂ ਮੇਰੇ ਪੇਕੇ ਫੋਨ ਲਾਈ ਜਾਂਦਾ ਰਹਿੰਦਾ। ਚੱਲ ਜੇ ਐਂ ਨਹੀਂ ਮੈਂ ਕਹਿੰਦੀ ਵੀ ਨਾ ਫੋਨ ਲਾ, ਜੇ ਕੋਈ ਗੱਲ ਕਰਨੀ ਆ ਬੰਦਾ ਮੈਨੂੰ ਦੱਸ ਤਾਂ ਦੇਵੇ ਪਹਿਲਾਂ ਵੀ ਮੈਨੂੰ ਆਹ ਕੰਮ ਆ, ਮੈਂ ਤੇਰੇ ਪੇਕੇ ਫੋਨ ਲਾ ਰਿਹਾ ਗਾ। ਮੁੜ ਕੇ ਨਾ ਮੇਰੇ ਭਾਈ ਵਾਲੇ ਫੋਨ 'ਤੇ ਫੋਨ ਲਾਉਂਦਾ, ਨਾ ਮੇਰੇ ਡੈਡੀ ਵਾਲੇ ਫੋਨ 'ਤੇ ਫੋਨ ਲਾਉਂਦਾ, ਮੇਰੀ ਭੈਣ ਨੂੰ ਫੋਨ ਕਰੀ ਜਾਊਗਾ ਬਿਨਾਂ ਗੱਲੋਂ। ਕੋਈ ਨਹੀਂ ਪੁੱਤ, ਮੈਂ ਸਮਝਾਉਂਗੀ ਉਹਨੂੰ। ਬੇਬੇ ਮੈਂ ਤੈਨੂੰ ਇਹੀ ਕਹਿੰਦੀ ਹਾਂ ਵੀ ਆਪਣਾ ਘਰ ਉੱਜੜ ਜੂਗਾ ਜੇ ਗੱਲ ਮੇਰੇ ਪੇਕੇ ਪਤਾ ਲੱਗ ਗਈ ਵੀ ਕੁੜੀ ਨੂੰ ਬਿਨਾਂ ਫੋਨ ਮਤਲਬ ਤੋਂ ਫੋਨ ਕਰੀ ਜਾਂਦਾ ਉਹ। ਤੁਸੀਂ ਗੱਲ ਗੋਲ ਮੋਲ ਕਿਉਂ ਕਰ ਦਿਓਗੇ? ਬੇਬੇ ਕਿਉਂ ਮੇਰੀ ਗੱਲਾਂ ਦੇ ਪਰਦੇ ਪਈ ਜਾਣੀ ਆ, ਦੱਸ ਦੇ ਨਾ ਸੱਚ ਨੂੰ ਕੀ ਹੈ। ਗੱਲ ਸੁਣ ਲੈ ਮੇਰੀ,
ਜਦ ਤੱਕ ਤੇਰੀ ਭੈਣ ਮੇਰੇ ਕਬਜ਼ੇ 'ਚ ਨਾ ਹੁੰਦੀ ਮੈਂ ਨਹੀਂ ਹਟਦਾ। ਮੈਂ ਤਾਂ ਐਂ ਫੋਨ ਕਰੂੰਗਾ ਉਹਨੂੰ, ਕਰ ਲਾ ਜੋ ਤੇਰੇ ਤੋਂ ਹੁੰਦਾ। ਕਿਉਂ ਤੁਹਾਡਾ ਦਿਮਾਗ ਖਰਾਬ ਹੋਇਆ? ਜੇ ਇਹ ਗੱਲ ਘਰੇ ਪਤਾ ਲੱਗ ਗਈ ਤੁਹਾਨੂੰ ਪਤਾ ਕਿੱਡਾ ਕਲੇਸ਼ ਪਊਗਾ। ਗੱਲ ਸੁਣ ਲੈ ਮੇਰੀ, ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ, ਜਿਹੜੀ ਗੱਲ ਮੈਂ ਕਹਿਤੀ ਤਾਂ ਕਹਿਤੀ। ਜਾ ਕਰਦੇ ਫੋਨ, ਕਿਹਨੂੰ ਕਰਨਾ ਦੱਸ ਦੇ। ਚਲੋ ਠੀਕ ਆ, ਜੇ ਤੁਸੀਂ ਇਹੀ ਚਾਹੁੰਦੇ ਹੋ ਨਾ ਵੀ ਤੁਹਾਡੀ ਸੱਚਾਈ ਉਹਨਾਂ ਨੂੰ ਪਤਾ ਲੱਗ ਜੇ ਤਾਂ ਮੈਂ ਫੋਨ ਕਰਦਾ ਨਹੀਂ। ਗੱਲ ਸੁਣ ਲੈ ਮੇਰੀ, ਜੇ ਮੇਰੇ ਘਰ ਦੀ ਕੋਈ ਵੀ ਗੱਲ ਇੱਥੋਂ ਬਾਹਰ ਹੋਈ ਨਾ ਹੁਣ ਤਾਂ ਤੈਨੂੰ ਵਾਰਨਿੰਗ ਦੇ ਰਿਹਾ, ਜਾਨ ਤੋਂ ਮਾਰ ਦੂ ਤੈਨੂੰ ਮੈਂ। ਡੈਡੀ ਇਹ ਚਿੱਠੀ ਨਾ ਮੈਂ ਲਿਖਣਾ ਤਾਂ ਨਹੀਂ ਚਾਹੁੰਦੀ ਸੀ, ਪਰ ਕੀ ਕਰਾਂ, ਮੈਂ ਦੁਖੀ ਇੰਨਾ ਸੀ ਮਜਬੂਰ ਹੋ ਕੇ ਇਹ ਚਿੱਠੀ ਲਿਖੀ ਆ। ਇਹ ਬੰਦਾ ਇਨਸਾਨ ਨਹੀਂ ਜਾਨਵਰ ਆ ਡੈਡੀ, ਜਾਨਵਰ। ਮੇਰੇ 'ਤੇ ਇੰਨਾ ਅੱਤਿਆਚਾਰ ਕਰਦਾ, ਜਿੰਨਾ ਕਿ ਮੈਂ ਸਹਿਣ ਜੋਗੀ ਸੀ ਸਹਿ ਲਿਆ, ਹੁਣ ਬਰਦਾਸ਼ਤ ਨਹੀਂ ਹੁੰਦਾ। ਮੈਨੂੰ ਪਤਾ ਇਹਨੇ ਮੈਨੂੰ ਇੱਕ ਨਾ ਇੱਕ ਦਿਨ ਮਾਰ ਦੇਣਾ ਗਾ, ਪਰ ਡੈਡੀ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿਣੀ ਆ, ਜੇ ਹੋ ਸਕਿਆ ਨਾ ਤਾਂ ਮੈਨੂੰ ਮਾਫ਼ ਕਰ ਦਿਓ। ਮੈਂ ਤੁਹਾਡੀ ਪੱਗ ਨੂੰ ਦਾਗ ਨਹੀਂ ਲਾ ਸਕਦੀ ਸੀ, ਇਹ ਘਰ ਮੈਂ ਛੱਡ ਨਹੀਂ ਸਕਦੀ ਸੀ, ਪਰ ਕੀ ਕਰਾਂ, ਇਹ ਇਨਸਾਨ ਨੇ ਮੈਨੂੰ ਚਾਹੁੰਦੇ ਨਹੀਂ ਛੱਡਣਾ। ਪਰ ਤੁਹਾਨੂੰ ਵੀ ਤਾਂ ਸੱਚ ਦਾ ਪਤਾ ਹੋਣਾ ਚਾਹੀਦਾ ਵੀ ਤੁਹਾਡੀ ਧੀ ਉਰੇ ਕਿੰਨਾ ਦੁਖੀ ਸੀ। ਡੈਡੀ ਮੇਰੀ ਇੱਕ ਗੱਲ ਯਾਦ ਰੱਖਿਓ, ਮੈਂ ਚਾਹੇ ਇਸ ਦੁਨੀਆਂ 'ਤੇ ਰਹਾਂ ਚਾਹੇ ਨਾ ਰਹਾਂ, ਪਰ ਇਹ ਇਨਸਾਨ ਨੂੰ ਸਜ਼ਾ ਜ਼ਰੂਰ ਦਵਾਇਓ। ਬੇਬੇ ਅੱਜ ਵੀ ਕਿੰਨੀ ਰਾਤ ਹੋ ਗਈ, ਹਜੇ ਤੱਕ ਨਹੀਂ ਆਇਆ ਉਹ। ਕੋਈ ਨਹੀਂ ਪੁੱਤ, ਸੋਚ ਨਾ ਕਰ, ਇੱਥੇ ਖੜਾ ਨਾ, ਹੁਣ ਆ ਜੂਗਾ। ਸੋਚ ਕੇ ਮੈਂ ਨਾ ਕਰਾਂ ਬੇਬੇ। ਆ ਗਏ ਬੇ ਮੁੰਡਿਆ, ਤੂੰ ਇੰਨਾ ਲੇਟ ਹੋ ਗਿਆ, ਨੇ ਰੋਟੀ ਖਾ ਲਾ। ਮੈਨੂੰ ਤਾਂ ਐਂ ਸੀਗਾ ਵੀ ਦੂਜਾ ਵਿਆਹ ਕਰਾ ਕੇ ਮੇਰੀ ਜ਼ਿੰਦਗੀ 'ਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ, ਪਰ ਕੀ ਪਤਾ ਸੀ ਉਦੋਂ ਵੀ ਜ਼ਿਆਦਾ ਦੁੱਖ ਆ ਜਾਣਗੇ। ਪਰ ਕੀ ਕਰੀਏ, ਇਹਦਾ ਵੀ ਵਿਚਾਰੇ ਦਾ ਕੀ ਕਸੂਰ ਆ, ਇਹਨੂੰ ਵੀ ਤਾਂ ਧੋਖਾ ਮਿਲਿਆ, ਤਾਂ ਹੀ ਤਾਂ ਦਾਰੂ ਪੀ ਕੇ ਆ ਜਾਂਦਾ। ਤੈਨੂੰ ਮੈਂ ਕਿੰਨੀ ਵਾਰੀ ਕਿਹਾ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਨਾ ਕਰਿਆ ਕਰ, ਤੈਨੂੰ ਸਮਝ ਨਹੀਂ ਆਉਂਦੀ? ਕੋਈ ਨਹੀਂ, ਤੈਨੂੰ ਸਮਝ ਨਹੀਂ ਆਉਂਦੀ ਨਾ, ਨਾ ਆਵੇ ਹੁਣ ਤੈਨੂੰ ਮੈਂ ਸਮਝਾਉਂਗਾ। ਮੈਂ ਤਾਂ ਕੁਛ ਕਿਹਾ ਹੀ ਨਹੀਂ ਤੁਹਾਨੂੰ ਜੀ। ਤੂੰ ਅੱਜ ਤੋਂ ਬਾਅਦ ਕੁਛ ਕਹਿ ਵੀ ਨਹੀਂ ਸਕੇਂਗੀ ਜੀ, ਕੁਛ ਨਹੀਂ ਕਿਹਾ ਮੈਂ ਤਾਂ।